ਮੈਂ ਵੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਤੇ ਅੱਜ ਇੱਕ ਖਾਸ ਸੈਗਮੈਂਟ ਅਸੀਂ ਸ਼ੁਰੂ ਕਰਨ ਲੱਗੇ ਹਾਂ। ਸੈਗਮੈਂਟ ਕੀ ਹੈ ਕਿ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ, ਬਹੁਤ ਸਾਰੇ ਲੋਕ ਉੱਥੇ ਸ਼ਾਮਲ ਸੀ, ਬਹੁਤ ਸਾਰੇ ਨਹੀਂ ਵੀ ਸ਼ਾਮਲ ਸੀ, ਬਹੁਤ ਨੇ ਕ੍ਰੈਡਿਟ ਲੈਣ ਦਾ ਜ਼ਿਕਰ ਕੀਤਾ। ਇਨ੍ਹਾਂ ਦਿਨਾਂ ਚ ਕਈ ਨਾਂ ਸਾਹਮਣੇ ਆਉਂਦੇ ਆ, ਸਿਰਫ ਆਉਂਦੇ ਇਨ੍ਹਾਂ ਦਿਨਾਂ ਚ ਜਦੋਂ ਆ ਹਫ਼ਤਾ ਹੁੰਦਾ, ਬਾਕੀ ਉਰੇ ਉਹ ਚੁੱਪ ਹੁੰਦੇ ਆ। ਪਰ ਇੱਕ ਬੰਦਾ ਕਾਫ਼ੀ ਦੇਰ ਤੋਂ ਚਰਚਾ ਚ ਹੈ, ਉਹ ਕਹਿੰਦੇ ਸੀ ਕਿ ਮੈਂ ਇਸ ਮਾਮਲੇ ਚ ਸ਼ਾਮਲ ਰਿਹਾ। ਉਨ੍ਹਾਂ ਦਾ ਨਾਂ ਕੁਲਜਿੰਦਰ ਸਿੰਘ ਢਿੱਲੋਂ ਹੈ, ਕੁਲਜਿੰਦਰ ਪਾਲ ਸਿੰਘ ਢਿੱਲੋਂ ਕਰਕੇ ਵੀ ਲੋਕ ਜਾਣਦੇ ਆ ਤੇ ਡਾਕਟਰ ਕੁਲਜਿੰਦਰ ਕਰਕੇ ਵੀ। ਬਾਈ ਜੀ ਹੋਰਾਂ ਦੇ ਨਾਲ ਅੱਜ ਆਪਾਂ ਸਾਂਝ ਪਾਉਣੇ ਆ ਤੇ ਇਸ ਨੂੰ ਸਟੈਪ ਬਾਈ ਸਟੈਪ ਜਾਣਨ ਦਾ ਯਤਨ ਕਰਦੇ ਆ ਕਿਹੜੀਆਂ ਕਿਹੜੀਆਂ ਘਟਨਾਵਾਂ ਇਨ੍ਹਾਂ ਨੇ ਦੇਖੀਆਂ, ਕਿਹਦੇ ਕਿਹਦੇ ਚਸ਼ਮਦੀਦ ਗਵਾਹ ਰਹੇ। ਢਿੱਲੋਂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ। ਤੇ ਸਭ ਤੋਂ ਪਹਿਲਾਂ ਉਹੀ ਗੱਲ ਕਿ ਆਪਰੇਸ਼ਨ ਬਲੂ ਸਟਾਰ ਦਾ ਜਦੋਂ ਹਫ਼ਤਾ ਇਹ ਚੱਲਦਾ, ਜੂਨ ਦਾ ਹਫ਼ਤਾ ਜਦੋਂ ਵੀ ਆਉਂਦਾ ਤਾਂ ਬੜੇ ਨਾਂ ਸਾਹਮਣੇ ਆ ਜਾਂਦੇ ਆ, ਔਰ ਜ਼ਿਆਦਾਤਰ ਟੈਂਕੀ ਵਾਲੇ ਮੋਰਚੇ ਦੀ ਗੱਲ ਹੀ ਹੁੰਦੀ ਹੈ। ਤੁਸੀਂ ਵੀ ਇੰਟਰਵਿਊ ਚ ਵੀ ਕਿਹਾ, ਹੋਰਾਂ ਥਾਵਾਂ ਦੇ ਉੱਤੇ ਵੀ, ਕਿ ਟੈਂਕੀ ਵਾਲੇ ਮੋਰਚੇ ਤੇ ਮੈਂ ਸੀ। ਇਹ ਅਸਲ ਚ ਟੈਂਕੀ ਵਾਲਾ ਕੰਮ ਕੀ ਸੀ, ਮੋਰਚਾ ਕਿੱਥੇ ਸੀ, ਕਿਵੇਂ ਕਹਾਣੀ ਸੀ ਇਹ ਸਾਰੀ? ਇਸ ਤਰ੍ਹਾਂ ਜੀ, ਜਿਹੜੇ ਤਾਂ ਪੱਕੇ ਸਿੰਘ ਰਹਿੰਦੇ ਸੀ ਨਾ, ਕੁਝ ਸੰਤਾਂ ਦੇ ਨਾਲ ਸੀ, ਕੁਝ ਬੱਬਰ ਖਾਲਸਾ ਇੰਟਰਨੈਸ਼ਨਲ ਸੀਗਾ ਜੀ, ਇੱਕ ਅਕਾਲ ਫੈਡਰੇਸ਼ਨ ਸੀਗੀ, ਕੰਵਰ ਪ੍ਰੀਤ ਸਿੰਘ ਧਾਮੀ ਥੋੜੇ ਜਿਹੇ ਸਿੰਘ ਉਹਨਾਂ ਨਾਲ ਵੀ ਸੀਗੇ। ਤੇ ਮੇਨ ਕਿਸੇ ਬੰਦੀਆਂ ਤਾਂ ਵੈਸੇ ਵੇਖਿਆ ਜਾਵੇ ਤਾਂ ਦੋ ਹੀ ਸੀਗੀਆਂ, ਇੱਕ ਸੰਤਾਂ ਦੀ, ਭਾਵੇਂ ਉਹ ਟਕਸਾਲ ਵਾਲੇ ਸਿੱਖ ਸੀ, ਉਹ ਵੀ ਸੰਤਾਂ ਦੇ ਨਾਲ ਸੀ ਜੀ, ਤੇ ਚਾਹੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਸੀ, ਉਹ ਵੀ ਸੰਤਾਂ ਦੇ ਨਾਲ ਸੀ। ਜੇ ਕਹਿ ਲੋ ਵੀ ਇੱਕ ਖੱਬਾ ਹੱਥ ਸੀ ਸੰਤਾਂ ਦਾ, ਇੱਕ ਸੱਜਾ ਹੱਥ ਸੀ, ਤੇ ਇਹ ਕੋਈ ਝੂਠ ਨਹੀਂ। ਅੱਛਾ, ਬੱਬਰ ਖਾਲਸਾ ਵੀ ਸੰਘਰਸ਼ ਵਿਚ ਸ਼ਾਮਲ ਸੀ, ਪਰ ਉਨ੍ਹਾਂ ਦੀ ਕੋਈ ਥੋੜੀ ਜੀ ਆਪਣੇ ਸੰਤਾਂ ਦੇ ਨਾਲ ਵਿਚਾਰਧਾਰਾ ਥੋੜੀ ਜੀ ਕਿਸੇ ਵੱਲੋਂ ਨਹੀਂ ਸੀ ਰਲਦੀ, ਇਸ ਕਰਕੇ ਉਨ੍ਹਾਂ ਨੇ ਆਪਣਾ ਧੜਾ ਵੱਖਰਾ ਹੀ ਰੱਖਿਆ। ਥੋੜਾ ਜਿਹਾ ਉਹ ਤਰਨਕਾਰੀ ਕਾਂਡ ਤੋਂ ਬਾਅਦ ਹੀ ਥੋੜਾ ਜਿਹਾ ਹੋ ਗਏ ਸੀਗੇ ਵੀ ਉਦੋਂ ਇਨ੍ਹਾਂ ਦੇ ਦਫ਼ਤਰਾਂ ਤੇ ਸਿੱਖ ਸੀ। ਬਾਈ ਜੀ, ਤੁਹਾਡਾ ਫੋਨ ਥੋੜਾ ਦੂਰ ਹੋ ਜਾਂਦਾ, ਇਹਨੂੰ ਹਾਂਜੀ, ਮੈਂ ਕਿਹਾ ਵੀ ਉਦੋਂ ਚਲੋ ਬੱਬਰਾਂ ਦਾ ਥੋੜਾ ਜਿਹਾ ਸੰਤਾਂ ਦੇ ਨਾਲ ਡਿਸਪਿਊਟ ਪੈ ਗਿਆ ਸੀਗਾ, ਇਹ ਤਾਂ ਗੱਲ ਆਪਾਂ ਕਰਾਂਗੇ ਬਾਅਦ ਵਿਚ। ਤੁਸੀਂ ਟੈਂਕੀ ਵਾਲੇ ਮੋਰਚੇ ਦੀ ਗੱਲ ਕੀਤੀ ਹੈ ਜੀ, ਮੈਂ ਸਨ 84 ਦੇ ਵਿਚ ਜਦੋਂ ਮੈਨੂੰ ਫੌਜ ਦੇ ਅਰੈਸਟ ਕਰਦੇ ਆ ਟੈਂਕੀ ਵਾਲੇ ਮੋਰਚੇ ਤੋਂ ਬਾਅਦ, ਇੱਕ ਮਿੰਟ ਹੋਰ ਗੱਲ ਕਰਨ ਲੱਗਾ, ਫਿਰ ਟੈਂਕੀ ਵਾਲੇ ਮੋਰਚੇ ਵਾਲੇ ਪਾਸੇ ਵੀ ਆਉਣਾ। 13 ਤਰੀਕ ਨੂੰ ਮੈਂ ਫੌਜ ਦੀ ਹਿਰਾਸਤ ਵਿਚੋਂ ਦੌੜ ਗਿਆ ਜੀ ਗੁਰੂ ਤੇਗ ਬਹਾਦਰ ਹਸਪਤਾਲ ਤੇ, ਉਸ ਤੋਂ ਬਾਅਦ ਮੈਂ ਸਿੱਧਾ ਪੰਜਵਾੜਾ ਆਇਆ। ਹਾਂਜੀ, ਪੰਜਵਾੜਾ ਆਇਆ ਤੇ ਇਸ ਟਾਈਮ ਜਿਉਂਦੇ ਜਾਗਦੇ ਗਵਾਹ ਨੇ ਸਰਪੰਚ ਗੁਰਬਚਨ ਸਿੰਘ ਪੰਜਵਾੜਾ, ਮਾਸਟਰ ਹੁੰਦੇ ਸੀ ਉਸ ਟਾਈਮ, ਤਾਂ ਮਾਸਟਰ ਸੀਗੇ ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਰਾਤ ਨੂੰ, ਤੇ ਮੇਰੇ ਪਿੰਡ ਨੂੰ ਸਾਰੇ ਨੂੰ ਘੇਰਾ ਪੈ ਗਿਆ, ਮੇਰੇ ਘਰਾਂ ਨੂੰ ਖਾਸ ਕਰਕੇ ਤਲਾਸ਼ੀ ਹੁੰਦੀ ਰਹੀ ਹੈ ਕਿਉਂਕਿ ਮੈਂ ਉਧਰ ਹੀ ਦੌੜਿਆ ਸੀ ਤੇ ਫੌਜ ਨੇ ਘੇਰਾ ਤਾਂ ਪਾਉਂਦਾ, ਤੇ ਮੈਂ ਮਾਸਟਰ ਹੋਣਾ ਦਾ ਘਰ ਜਿਹੜਾ ਸੀ ਖੇਤਾਂ ਦੇ ਵਿਚ ਸੀ, ਬਾਹਰ ਸੀ, ਇਸ ਕਰਕੇ ਮੈਂ ਸੇਫ ਰਹਿ ਗਿਆ, ਬਚ ਗਿਆ ਜੀ। ਉਸ ਦਿਨ ਹੀ ਉਸ ਰਾਤ ਹੀ ਜਦੋਂ ਗੱਲ ਚੱਲੀ ਮਾਸਟਰ ਹੋਣਾ ਪੁੱਛਿਆ ਤੂੰ ਕਿੱਥੇ ਆ, ਮੈਂ ਉਨ੍ਹਾਂ ਨੂੰ ਕਿਹਾ ਸੀ ਮੈਂ ਟੈਂਕੀ ਵਾਲੇ ਬਹੁਤ ਵਿਚ ਸੀ, ਇਸ ਕਰਕੇ ਮੇਰੇ ਪਿੰਡ ਦੇ ਸਾਰਿਆਂ ਨੂੰ ਪਤਾ, ਮੇਰੇ ਰਿਸ਼ਤੇਦਾਰਾਂ ਨੂੰ ਪਤਾ, ਬਲਟੋਏ ਮੇਰੇ ਨਾਨਕੇ ਆ ਜੀ, ਉੱਥੇ ਮੇਰੇ ਨਾਨਕਿਆਂ ਨੂੰ ਪਤਾ, ਹਰ ਇੱਕ ਬੰਦਾ ਜਿਹੜਾ ਵੀ ਮੇਰੇ ਨੂੰ ਜਾਣਦਾ ਸੀ ਸਭ ਨੂੰ ਪਤਾ ਸੀ ਟੈਂਕੀ ਵਾਲੇ ਮੋਰਚੇ ਚ ਮੈਂ, ਕੱਲਾ ਮੈਂ ਹੀ ਨਹੀਂ ਸੀਗਾ, ਮੇਰੇ ਨਾਲ ਦੋ ਸਿੰਘ ਹੋਰ ਸੀ, ਉਨ੍ਹਾਂ ਚੋਂ ਇੱਕ ਹੈਗਾ ਜੀ ਅਮਰਜੀਤ ਸਿੰਘ ਰੰਧਾਵਾ, ਜੋ ਉਸ ਟਾਈਮ ਚੰਡੀਗੜ੍ਹ ਦੇ ਵਿਚ ਵਾਟਰ ਸਪਲਾਈ ਦੇ ਵਿਚ ਨੌਕਰੀ ਕਰਦਾ ਸੀ, ਤੇ ਇੱਕ ਮੇਰੇ ਨਾਲ ਸੀਗਾ ਤਰਸੇਮ ਸਿੰਘ ਉਰਫ ਡਾਕਟਰ। ਅਸਲ ਚ ਵੱਡੇ ਹਥਿਆਰ ਮੇਰੇ ਤੇ ਰੰਧਾਵੇ ਕੋਲ ਹੀ ਸੀਗੇ, ਰਾਈਫਲ ਕਹਿ ਲੋ ਸਾਡੇ ਕੋਲ ਇੱਕ 303 ਸੀ ਤੇ ਇੱਕ 315 ਬੋਰ ਸੀ, ਇੱਕ ਦਿਨ ਰੰਧਾਵੇ ਨੂੰ ਉਹ ਵੀ ਮਿਲ ਗਈ ਸੀਗੀ ਕਿਤੇ ਸਪਰਿੰਗ ਫੀਲਡ ਦੀ, ਕਿਉਂਕਿ ਰੰਧਾਵਾ ਵੱਡਾ ਸੀਗਾ ਮੇਰੇ ਤੋਂ, ਥੋੜਾ ਜਿਹਾ ਮਚੋਰ ਗਿਣਿਆ ਜਾਂਦਾ ਸੀ ਉਹਨੂੰ, ਫਿਰ ਥੋੜਾ ਜਿਹਾ ਵਧੀਆ ਹਥਿਆਰ ਵੀ ਮਿਲ ਗਿਆ ਸੀ ਇੱਕ ਦਿਨ, ਕਿਉਂਕਿ ਜਿਹੜਾ ਇਹ ਟੈਂਕੀ ਵਾਲਾ ਮੋਰਚਾ ਸੀਗਾ ਇਹ ਕੋਈ ਪਹਿਲਾਂ ਤੋਂ ਹੀ ਵਿਉਂਤਿਆ ਹੋਇਆ ਮੋਰਚਾ ਨਹੀਂ ਸੀਗਾ ਵੀ ਸਾਡਾ ਜਦੋਂ ਹਮਲਾ ਹੋਊਗਾ ਤੇ ਅਸੀਂ ਇਹਨੂੰ ਮੋਰਚਾ ਬਣਾਵਾਂਗੇ। ਚਲੋ ਸਰ, ਥੋੜਾ ਜਿਹਾ ਦੱਸੋ ਕਿ ਟੈਂਕੀ ਦੀ ਲੋਕੇਸ਼ਨ ਕਿਹੜੇ ਪਾਸੇ ਸੀ ਭਲਾ? ਇਹ ਸਰਾਂ ਵਾਲੇ ਪਾਸੇ ਸੀ ਜੀ, ਜਦੋਂ ਆਪਾਂ ਗੇਟ ਵੜਦੇ ਹਾਂ, ਹਾਂਜੀ ਸਰਾਂ ਵਾਲਾ ਗੇਟ ਜਦੋਂ ਵੜਦੇ ਹਾਂ ਨਾ, ਸਰਾਂ ਵਾਲੇ ਗੇਟ ਤੋਂ ਆਪਾਂ ਐਂਟਰ ਹੁੰਦੇ ਹਾਂ ਜੀ, ਤੇ ਇਹ ਖੱਬੇ ਹੱਥ ਹੈ ਜੀ ਵੜਦਿਆਂ ਸਾਰ,
ਇਹਦੇ ਪਿਛਲੇ ਬੰਨੇ ਇੱਕ ਲੋਹੇ ਦਾ ਗੇਟ ਹੁੰਦਾ ਸੀਗਾ, ਜਿਹੜੀ ਦਰਬਾਰ ਸਾਹਿਬ ਦੀ ਚਾਰ ਦੀਵਾਰੀ ਸੀ ਉਹ ਗੇਟ ਹਮੇਸ਼ਾ ਹੀ ਬੰਦ ਰਹਿੰਦਾ ਸੀ ਤੇ ਜਿਹੜੀ ਫੌਜ ਹੈ ਉਹ ਆਈ ਵੀ ਉਸ ਗੇਟ ਵਿਚੋਂ ਹੀ ਪਹਿਲਾਂ ਜਿਹੜੀ ਇਧਰਲੇ ਪਾਸੇ ਐਂਟਰ ਕੀਤੀ ਉਸ ਗੇਟ ਨੂੰ ਤੋੜ ਕੇ ਹੀ ਫੌਜ ਅੰਦਰ ਆਈ ਹੈ। ਇਸ ਪਾਸੋਂ ਜਿਹੜੀ ਫੌਜ ਆਈ ਹੈ ਦੂਜੇ ਪਾਸੋਂ ਕਿੱਥੋਂ ਆਈ ਹੈ ਪਰਿਕਰਮਾ ਚ ਕਿੱਥੋਂ ਆਈ ਹੈ ਉਹਦਾ ਨੀ ਮੈਨੂੰ ਪਤਾ ਕਿਉਂਕਿ ਨਾ ਸਾਨੂੰ ਉੱਥੋਂ ਨਜ਼ਰ ਹੀ ਆਉਂਦਾ ਸੀ। ਤੇ ਜਦੋਂ ਅਸੀਂ ਗੋਲੀ ਚੱਲੀ ਆ ਜੀ ਤੜਕੇ 4 ਵਜੇ ਅਸੀਂ ਆਪੋ ਆਪਣੇ ਕਮਰਿਆਂ ਵਿਚ ਸੁੱਤੇ ਸੀ ਉਬੜ ਵਾਏ ਉੱਠੇ ਇਹ 4 ਜੂਨ ਪਿਆ ਪੜਕੇ 4 ਵਜੇ ਦਾ ਟਾਈਮ 1984 ਜਦੋਂ ਸਾਰੇ ਉਬੜ ਵਾਏ ਉੱਠੇ ਆ ਇਕਦਮ ਤੇ ਭਾਜੜਾ ਪੈ ਗਈਆਂ ਵੀ ਗੋਲੀ ਚੱਲ ਗਈ ਗੋਲੀ ਚੱਲ ਗਈ। ਇੱਕ ਵਾਰੀ ਤਾਂ ਸਾਨੂੰ ਕੋਈ ਸਮਝ ਨੀ ਆਈ ਕਿ ਗੋਲੀ ਸਾਡੀ ਚੱਲ ਕਿਤੇ ਨਾਲ ਰਹੀ ਹੈ ਕਿਉਂਕਿ 3 ਦਿਨ ਪਹਿਲਾਂ ਸਾਡੀ CRP ਨਾਲ ਗੋਲੀ ਚੱਲ ਕੇ ਹਜੇ ਤੇ ਸਾਨੂੰ ਹੈਰਾਨੀ ਵੀ ਸੀ ਵੀ CRP ਦੇ ਉੱਤੇ ਅਸੀਂ ਬੜਾ ਤਕੜਾ ਅਟੈਕ ਕੀਤਾ ਸੀਗਾ ਅਸੀਂ ਦੁਬਾਰਾ ਫਿਰ ਸਾਡੇ ਤੋਂ CRP ਨੇ ਹਮਲਾ ਕਰਤਾ ਵੀ ਹੁਣ ਇਨ੍ਹਾਂ ਨੇ ਮੋਰਚੇ ਬਣਾ ਕੇ ਕੀਤਾ ਹੋਊਗਾ ਕੋਈ ਤਕੜੇ ਹੋ ਕੇ ਕੀਤਾ ਹੋਊਗਾ ਪਰ ਸੁਣਦੇ ਤਾਂ ਸੀਗੇ ਅਸੀਂ ਵੀ ਫੌਜ ਆ ਗਈ ਹੈ ਪੰਜਾਬ ਵਿਚ ਤੇ ਕਰਫਿਊ ਵੀ ਲੱਗ ਗਿਆ ਪਰ ਇਹ ਨੀ ਸੀ ਪਤਾ ਵੀ ਸਾਡੇ ਤੇ ਚੜਾਈ ਫੌਜ ਨੇ ਕਰ ਦਿੱਤੀ। ਇਹ ਸਾਨੂੰ ਪਤਾ ਲੱਗਾ ਜੀ ਜਦੋਂ ਦਿਨ ਚੜਨਾ ਸ਼ੁਰੂ ਹੋਇਆ ਮੜ ਕੇ ਲੋ ਲੱਗਣੀ ਸ਼ੁਰੂ ਹੋਈ ਅਸੀਂ ਉੱਚੀਆਂ ਥਾਵਾਂ ਤੇ ਜਿੱਥੇ ਅਸੀਂ ਬਿਲਡਿੰਗਾਂ ਦਰਬਾਰ ਸਾਹਿਬ ਦੀਆਂ ਛੱਤਾਂ ਤੋਂ ਵੇਖਿਆ ਸਾਨੂੰ ਫੌਜ ਦੀ ਹਰਕਤ ਤੋਂ ਨਜ਼ਰ ਆਈ ਵੀ ਫੌਜ ਅੱਛਾ ਜੀ ਜਿੱਥੇ ਜਿੱਥੇ ਤੁਹਾਨੂੰ ਦੱਸਿਆ ਸੀ ਪੱਕੇ ਸਿੰਘ ਰਹਿੰਦੇ ਸੀ ਜਿੱਦਾਂ ਬੰਬਰ ਸੀਗੇ ਨਾਨਕ ਨਿਵਾਸ ਵਿਚ ਰਹਿੰਦੇ ਸੀ ਉਹਨਾਂ ਨੇ ਉੱਥੇ ਆਪਦਾ ਮੋਰਚਾ ਬਣਾ ਲਿਆ ਉੱਤੇ ਜਿਹੜੇ ਅਕਾਲ ਤਖ਼ਤ ਵਾਲੀ ਸਿੰਘ ਵਾਲੇ ਪਾਸੇ ਸਿੰਘ ਸੀਗੇ ਉਹਨਾਂ ਨੇ ਉੱਥੇ ਬਣਾ ਲਿਆ ਜਿਹੜੇ ਪਰਿਕਰਮਾ ਵਾਲੇ ਕਮਰਿਆਂ ਚ ਰਹਿੰਦੇ ਸੀ ਉਹਨਾਂ ਨੇ ਉੱਥੇ ਬਣਾ ਲਿਆ ਜੋੜੀਆਂ ਨੂੰ ਬਣਾ ਲਿਆ ਬੁੰਗਿਆ ਵਾਲੇ ਨੇ ਬੁੰਗਿਆ ਵਾਲੇ ਨੂੰ ਬਣਾ ਲਿਆ ਜਿਹੜੇ ਲੰਗਰ ਚ ਰਹਿੰਦੇ ਸੀ ਉਹਨਾਂ ਲੰਗਰ ਦੀ ਛੱਤ ਨੂੰ ਬਣਾ ਲਿਆ ਕਿਉਂਕਿ ਫੌਜ ਉੱਚੀਆਂ ਥਾਵਾਂ ਤੇ ਚੜੀ ਹੋਈ ਸੀ ਤੇ ਫੌਜ ਦਾ ਮੁਕਾਬਲਾ ਕਰਕੇ ਸਾਨੂੰ ਵੀ ਉੱਚੀ ਥਾਂ ਤੇ ਜਾਣਾ ਪੈਣਾ ਸੀ ਥੱਲਿਓ ਤਾਂ ਅਸੀਂ ਗੋਲੀ ਫੌਜ ਤੇ ਚਲਾ ਹੀ ਨਹੀਂ ਸਕਦੇ ਤੇ ਜਿੱਥੇ ਵੀ ਅਸੀਂ ਮੋਰਚੇ ਦੇ ਉੱਤੇ ਜਾਂਦੇ ਸੀ ਨਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜੇ ਉੱਥੇ ਰਹਿਣ ਵਾਲੇ ਸੀ ਉਹ ਸਾਡੇ ਤੋਂ ਵੀ ਵੱਧ ਸੀ ਜੇ ਉੱਥੇ 5 ਜਾਂਦੇ ਦੀ ਲੋੜ ਸੀ ਤੇ ਉੱਥੇ 7 ਜਾਂ 8 ਜਾਣੇ ਸੀ ਹੁਣ ਇੱਕ ਦੂਜੇ ਨੇ ਉੱਥੇ ਤਾਂ ਚੜ ਕੇ ਪਿਆ ਨੀ ਜਾ ਸਕਦਾ ਨਾਲ ਲੰਬੇ ਪੈਣ ਦਾ ਵੀ ਫਾਇਦਾ ਕੋਈ ਨੀ ਸੀ ਅਸੀਂ 2-3 ਜਾਣੇ ਨਾ ਮਤਲਬ ਘੁੰਮਦੇ ਘੁੰਮਾਉਂਦੇ ਮੋਰਚੇ ਦੀ ਤਲਾਸ਼ ਵਿਚ ਆਪਾਂ ਕਿੱਥੇ ਬਣਾਈਏ ਇਹ ਮੋਰਚਾ ਆਪਾਂ ਜਿਹੜਾ ਆਪਾਂ ਵੀ ਮੁਕਾਬਲਾ ਕਰੀਏ ਤੇ ਅਸੀਂ ਜਦੋਂ ਇੱਧਰ ਟੈਂਕੀ ਵਾਲੇ ਪਾਸੇ ਆਏ ਤੇ ਬਸ ਅਚਾਨਕ ਹੀ ਦਿਮਾਗ ਵਿਚ ਆ ਗਿਆ ਵੀ ਟੈਂਕੀ ਦੇ ਉੱਤੇ ਚੜ੍ਹ ਕੇ ਦੇਖੀਏ ਪੌੜੀਆਂ ਦੇ ਵਿੱਚ ਜਦੋਂ ਅਸੀਂ ਟੈਂਕੀ ਦੇ ਅੰਦਰ ਵੜ ਕੇ ਪੌੜੀਆਂ ਚੜ੍ਹੇ ਆ ਤੇ ਉਹ ਟੈਂਕੀ ਕਾਫੀ ਉੱਚੀ ਸੀ ਤਕਰੀਬਨ ਇਮਾਰਤਾਂ ਤੋਂ ਉੱਚੀ ਸੀ ਦਰਬਾਰ ਸਾਹਿਬ ਦੀਆਂ ਚੋਂ ਜੀ ਜਿਹੜੇ ਝਰੋਖੇ ਵੱਲ ਰੱਖੇ ਹੋਏ ਸੀ ਰੋਸ਼ਨੀ ਵਾਸਤੇ ਕੋਈ 1.5x1 ਫੁੱਟ ਦੇ ਸੀਗੇ ਥੋੜੀ ਥੋੜੀ ਵਿੱਤ ਤੇ ਛੱਡੇ ਹੋਏ ਸੀ ਜਿਆਦਾ ਇੰਨੇ ਜਿਆਦਾ ਨਹੀਂ ਸੀ ਜੇ ਇੱਥੋਂ ਅਸੀਂ ਗੋਲੀ ਚਲਾਈ ਹੈ ਨਾ ਉਹ 2 ਜਾਂ 3 ਝਰੋਖੇ ਸੀਗੇ ਬਾਕੀ ਥੱਲੇ ਵਾਲੇ ਤਾਂ ਨੀਵੇਂ ਸੀ ਝਰੋਖੇ ਉੱਥੋਂ ਤਾਂ ਫੌਜ ਤੇ ਗੋਲੀ ਚੱਲ ਹੀ ਨਹੀਂ ਸੀ ਅੱਛਾ ਉਹ ਉੱਪਰਲੇ ਪਾਸੇ ਅਸੀਂ ਟੈਂਕੀ ਦੇ ਨੇੜੇ ਪਹੁੰਚ ਗਏ ਜਿੱਥੋਂ ਟੈਂਕੀ ਦੇ ਪਾਣੀ ਹੁੰਦਾ ਪਾਣੀ ਵਾਲੀ ਛੱਤ ਥੱਲੇ ਵਾਲਾ ਲੈਵਲ ਹੁੰਦਾ ਉਹਦੇ ਨੇੜੇ ਹੀ ਅਸੀਂ ਪਹੁੰਚ ਗਏ ਪੌੜੀਆਂ ਤੇ ਉੱਥੋਂ ਸਾਨੂੰ ਫੌਜ ਸਾਫ਼ ਨਜ਼ਰ ਆਉਂਦੀ ਹੁਣ ਕੁਦਰਤੀ ਨਿਸ਼ਾਨਾ ਮੈਂ ਅੱਜ ਵੀ ਦਾਅਵੇ ਨਾਲ ਕਹਿ ਸਕਦਾ ਕਿ ਆਮ ਬੰਦੇ ਨਾਲੋਂ ਮੇਰਾ ਨਿਸ਼ਾਨਾ ਜ਼ਿਆਦਾ ਹੈ ਉਥੋਂ ਸਾਨੂੰ ਸਾਫ ਨਜ਼ਰ ਮਤਲਬ ਫੌਜ ਆਉਂਦੀ ਸੀ ਤੇ ਅਸੀਂ ਫੌਜੀ ਵਰਦੀ ਵੇਖ ਕੇ ਜਿੱਥੇ ਕਿ ਸਾਨੂੰ ਲੱਗਦਾ ਸੀਗਾ ਵੀ ਉੱਥੇ ਅਸੀਂ ਗੋਲੀ ਮਾਰ ਦਿੰਦੇ ਤੇ ਇਹ ਸਾਨੂੰ ਪਤਾ ਸੀਗਾ ਵੀ ਸਾਡੇ ਕੋਲ ਗੋਲੀਆਂ ਗਿਣਤੀ ਮਿਲਕੀਆਂ ਹੀ ਆ ਤੇ ਅਸੀਂ ਐਵੇਂ ਕੋਈ ਹਵਾਈ ਫਾਇਰ ਨਹੀਂ ਕੀਤਾ ਉੱਪਰ ਨੂੰ ਜਾਂ ਥੱਲੇ ਨੂੰ ਤੇ ਆਪਣੇ ਵੱਲੋਂ ਕੋਸ਼ਿਸ਼ ਸਿੱਧੀ ਨਿਸ਼ਾਨਾ ਲੈਣ ਦੀ ਕੀਤੀ ਹੈ ਤੇ ਇਹ ਹੈ ਵੀ ਜਿੱਥੇ ਸਾਡੀ ਗੋਲੀ ਇੱਕ ਵਾਰੀ ਵੱਜ ਜਾਂਦੀ ਸੀ ਦੁਬਾਰਾ ਉੱਥੋਂ ਸਿਰ ਨਹੀਂ ਸੀ ਉੱਪਰ ਆਉਂਦਾ ਇਹਦਾ ਮਤਲਬ ਸਾਡਾ ਨਿਸ਼ਾਨਾ ਸਹੀ ਲੱਗ ਰਿਹਾ ਸੀਗਾ ਜਦ ਕਿ ਫੌਜੀ ਉਹ ਮੋਰਚਾ ਛੱਡ ਕੇ ਦੂਜੀ ਸਾਈਡ ਤੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਗੋਲੀ ਸਾਡੇ ਵੱਲ ਆ ਰਹੀ ਹੈ ਪਰ ਇਹ ਨਹੀਂ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਗੋਲੀ ਆ ਕਿੱਥੋਂ ਰਹੀ ਹੈ ਉਹਦਾ ਕਾਰਨ ਇਹ ਸੀਗਾ ਵੀ ਟੈਂਕੀ ਦੇ ਉੱਤੇ ਇੱਕ ਤਾਂ ਪੱਕਾ ਮੋਰਚਾ ਨਹੀਂ ਸੀ ਕੋਈ ਬੰਕਰ ਨਹੀਂ ਸੀ ਬਣਿਆ ਕੋਈ ਬੋਰੀਆਂ ਨਹੀਂ ਸੀ ਲਾਈਆਂ ਕੋਈ ਸੀਮਿੰਟ ਦੀਆਂ ਜਾਂ ਬਜਰੀ ਦੀਆਂ ਰੇਤਾਂ ਦੀਆਂ ਨਹੀਂ ਜੀ ਰੱਖੀਆਂ ਸੀ ਦੂਜਾ ਉਹ ਚਾਰਜ ਫਿਰ ਟੈਂਕੀ ਕਵਰ ਸੀਗੀ ਕੰਧ ਦੇ ਨਾਲ ਜਿਹੜੀਆਂ ਪੌੜੀਆਂ ਸੀ ਗੋਲ ਘੇਰੇ ਦੇ ਵਿੱਚ ਕਵਰ ਸੀ ਉਹਦੇ ਕਰਕੇ ਅੰਦਰ ਹਨੇਰਾ ਸੀ ਅਸੀਂ ਬਾਹਰੋਂ ਕਿਸੇ ਨੂੰ ਨਜ਼ਰ ਵੜੀ ਸੀ ਉੱਥੇ
एक साड़ियां बंदूक नालियां भी अंदर ही रह जांदियां सी, इस करके बंदूक की अग भी बाहर नहीं सी निकलती, किसी नूं पता नहीं सी लगता भी नाली दे विचों अग निकलती है। तुहानू पता ही है भी जदों अंधेरा हो जांदा खास करके थोड़ा जिहा उदों साफ नजर आउंदा भी इत्थों अग निकलती, इत्थों गोली आ रही है, फौज नूं साडा पता नहीं लगा। चलो ए तां उस टाइम तां सानूं नहीं पता भी साडा इह मोर्चा एडा जबरदस्त है। साडे मोर्चे तो बाद जिहड़ा दूजा मोर्चा जबरदस्त रहा जी, ओ रहा जी अकाल तख्त वाला, जिथे सब तो अखीर तक फौज का मुकाबला हुंदा रहा जी। चलो चार तरीक नूं दिने दिने असीं गोली चलाई, नेरे होए उपर आए सानूं दिसदा कुछ नहीं। पंज तरीक नूं असीं फिर दुबारा चढ़े हैं टैंकी दे उत्ते सवेरे, जदों जनरल शवेक सिंह नूं पता लगा कि इत्थे टैंकी दे उत्ते भी साडे कोल सिंघां ने मोर्चा बनाया है जी, बड़ी वैसे हैरानी की गल है तो बड़ी मेनू दलेरी मैं मानता जनरल शवेक सिंह होना वर्दी गोली दे विच अकाल तख्त तो चल के साडे तक पहुंचे परा वाले पासे, बड़ी वड्डी गल है। किसी की जरूरत नहीं सी भी वह इधर उधर जा सकता, भी कोई 20 फुट या 50 फुट भी दूर नहीं सी जा सकता, इन्नी जबरदस्त फायरिंग चार सवेरे हो रही थी। जरूरी नहीं सी फौज की असि आपसी फायरिंग भी मारे जा सकते, क्रॉस फायरिंग घेरे आप की गोली कार भी मारे जा सकते। जनरल शवेक सिंह क्योंकि एक माहर जरनैल सके फौजी ट्रेंड सके, उन्होंने मतलब साडे तक पहुंच कर ली जी 5 तरीक नौ बजे सवेरे सवेरे। सानू कहंदे भी एक बंदा तो एक गोली, भी कोई फालतू गोली नहीं करानी, अपने कोल लिमिटेड जिहा हौसला है जी, तुसी ना तकड़े होके डटे रहो, शाम तक आपां फौज नूं डकना, बस शाम तक तकड़े हो जाओ। शाम नूं पाकिस्तान वाले पासिओं हमला हो जाणा, पाकिस्तान वाले पासिओं शाम नूं हमला हो जाणा जी, ते आपां इधरों जदों फौज बार्डर वाले नूं तुर जाणी है, ते ओह कहिंदे सी भी 1971 दा बदला लैणा है पाकिस्तान ने, फौज जिहड़ी है इह सारी बार्डरां वल नूं तुर जा रही है, ते आपां इक दम पंजाब विच फैल जाणा, ते आपां तां पंजाब ते कब्जा कर लैणा, आपणा खालिस्तान बणिआ ही समझो, कुछ दिनां च आपां सारे पंजाब च फैल जाणा, सारा पंजाब अपने नाल है, पिंडां दे लोक अपने नाल है। ते गल सच सी कि पिंडां वाले लोक उदों हमायत करदे सी संतां दी, इस च कोई शक नहीं, खास करके मेरा एरिया, ਮੈਨੂੰ ਮਾਲਵੇ ਦਾ ਇੰਨਾ ਨੀ ਪਤਾ ਪਰ ਮੇਰਾ ਮਾਝੇ ਦਾ ਏਰੀਆ ਸੀਗਾ, ਮੈਂ ਆਪਦੇ ਪਿੰਡਾਂ ਵੱਲ ਜਾਂਦਾ ਸਾਰੇ ਪਾਸੇ ਸੀ ਨਾ, ਹਾਂ ਪਰ ਮੇਰਾ ਸਾਡਾ ਜ਼ਿਆਦਾ ਸੀਗਾ ਰੋਪੜ ਦੇ, ਸਾਡੇ ਨਾਲ ਮੁੰਡੇ ਬਹੁਤ ਜੁੜੇ ਸੀਗੇ ਜੀ, ਕਿਉਂਕਿ ਚੰਡੀਗੜ੍ਹ ਰਹਿੰਦਾ ਸੀ ਮੈਂ, ਰੋਪੜ ਦੇ ਮੁੰਡੇ ਸਾਡੇ ਨਾਲ ਕਾਫੀ ਸੀ, ਤੇ ਇਹ ਏਰੀਏ ਨੂੰ ਤਾਂ ਮੈਂ ਸਾਰੇ ਨੂੰ ਜਾਣਦਾ ਸੀਗਾ, ਜਲੰਧਰ ਹੁਸ਼ਿਆਰਪੁਰ ਤੇ ਆਪਣਾ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਾਰਨ ਜਿਹੜਾ ਤੋਂ ਬਾਅਦ ਚ ਬਣਿਆ ਉਹ ਅੰਮ੍ਰਿਤਸਰ ਜ਼ਿਲ੍ਹਾ ਹੀ ਹੁੰਦਾ ਸੀਗਾ, ਇਹ ਤਾਂ ਇਲਾਕਾ ਮੈਨੂੰ ਪਤਾ ਸੀਗਾ ਨਾ ਵੀ ਦਰਬਾਰ ਸਾਹਿਬ ਦੇ ਨੇੜੇ ਲੱਗਦੇ ਸ਼ਹਿਰ ਚੂੜਾ ਸਾਰੇ ਸੀ, ਇਹ ਤਾਂ ਸਾਰੇ ਸੰਤਾਂ ਦੇ ਪ੍ਰਭਾਵ ਪੱਲੇ ਸੀ। ਇਹ ਤਾਂ ਸੀਗੀ ਜੀ ਟੈਂਕੀ ਵਾਲੇ ਮੋਰਚੇ ਦੀ ਗੱਲ। ਅੱਛਾ ਇਹ ਕੀ ਹੋਇਆ ਜੀ, 2 ਵਜੇ 2:30 ਵਜੇ 2 ਜਾਂ 2:30 ਵਜੇ ਦਾ ਟਾਈਮ ਹੋਣਾ ਦੁਪਹਿਰ ਦਾ 5 ਤਰੀਕ ਨੂੰ ਜੀ, ਇੱਕ ਬੰਬ ਆ ਕੇ ਟੈਂਕੀ ਤੇ ਉਸ ਹਿੱਸੇ ਚ ਲੱਗਾ ਜਿੱਥੇ ਪਾਣੀ ਸੀ, ਅਸੀਂ ਉਸ ਤੋਂ ਥੱਲੇ ਸੀ ਕੋਈ 8-7 ਫੁੱਟ ਪਾਣੀ ਵਾਲੇ ਹਿੱਸੇ ਤੋਂ ਪੌੜੀਆਂ ਦੇ ਵਿਚ, ਪਰ ਜਦੋਂ ਏਡੀ ਉੱਚੀ ਇਮਾਰਤ ਨੂੰ ਬੰਬ ਲੱਗੇ, ਉਹ ਵੀ ਸਿਲੰਡਰੀਕਲ ਇਮਾਰਤ ਨੂੰ ਹੋਵੇ, ਤੇ ਉਹ ਹਿੱਲਣੀ ਤਾਂ ਏਦਾਂ ਹੀ ਹੁੰਦੀ ਹੈ ਜਿੱਦਾਂ ਭੂਚਾਲ ਆ ਗਿਆ, ਤੇ ਸਾਨੂੰ ਇਹ ਸੀ ਵੀ ਬੰਬ ਵੱਜ ਗਿਆ ਟੈਂਕੀ ਦੇ ਉੱਤੇ, ਟੈਂਕੀ ਹਿੱਲ ਗਈ ਸਾਰੀ ਇੱਕ ਵਾਰੀ, ਪਰ ਮਜ਼ਬੂਤ ਬੜੀ ਬਣੀ ਸੀ ਇਸ ਕਰਕੇ ਡਿੱਗ ਨਹੀਂ ਸੀ ਸਾਡੀ, ਤੇ ਉਹ ਨਾ ਅਸੀਂ ਉਦੋਂ ਹੀ ਹਿਸਾਬ ਲਾ ਲਿਆ ਵੀ ਹੁਣ ਅਗਲੀ ਵਾਰੀ ਸਾਡੀ ਆ ਸਕਦੀ ਹੈ, ਥੋੜਾ ਜਿਹਾ ਬੰਬ ਥੱਲੇ ਆ ਗਿਆ ਤੇ ਆਪਾਂ ਉੱਡ ਜਾਂਗੇ। ਸਾਨੂੰ ਇਹ ਨੀ ਸੀ ਪਤਾ ਵੀ ਬੰਬ ਪਾਣੀ ਤੇ ਚਲਾਇਆ ਗਿਆ, ਅਸੀਂ ਤਾਂ ਸਮਝਦੇ ਸਾਡੇ ਉੱਤੇ ਫਿਰ ਬੰਬ ਚਲਾਇਆ ਗਿਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਫੈਰ ਆ ਗਿਆ, ਅਸੀਂ ਉੱਥੋਂ ਜੀ ਉੱਤੋਂ ਹੀ ਥੱਲੇ ਮਤਲਬ 2-4 ਪੌੜੀਆਂ ਇਕੱਠੀਆਂ ਵੀ ਟੱਪੀਆਂ ਅਸੀਂ ਵੀ ਛਾਲਾਂ ਮਾਰ ਕੇ ਜਿੰਨੀ ਛੇਤੀ ਅਸੀਂ ਥੱਲੇ ਆ ਸਕੇ ਅਸੀਂ ਥੱਲੇ ਆਏ, ਅਜੇ ਥੱਲੇ ਆ ਕੇ ਉਤਰ ਕੇ ਅਜੇ ਉਹ ਗੇਟ ਵੀ ਨੀ ਨਿਕਲੇ ਜਿਹੜਾ ਟੈਂਕੀ ਦੇ ਅੰਦਰ ਜਾਣ ਨੂੰ ਪੌੜੀ ਜਦੋਂ ਬਣਿਆ ਸੀ, ਤੇ ਦੂਜਾ ਬੰਬ ਟੈਂਕੀ ਦੇ ਵਿਚ ਵੱਜ ਗਿਆ, ਉਹ ਸ਼ਾਇਦ ਜ਼ਿਆਦਾ ਪਾਵਰ ਦਾ ਸੀਗਾ, ਪਹਿਲੀ ਗੱਲ ਪਹਿਲਾਂ ਸ਼ਾਇਦ ਤੋਪ ਦਾ ਸੀ ਦੂਜਾ ਸ਼ਾਇਦ ਟੈਂਕ ਦਾ ਸੀ, ਉਹਨੇ ਮੋਰਾ ਕੀਤਾ ਜੀ, ਪਹਿਲੇ ਬੰਬ ਨੇ ਕੁਛ ਨੀ ਕੀਤਾ ਟੈਂਕੀ ਦਾ,
ਉਹਨੇ ਬਸ ਟੈਂਕੀ ਹਿਲਾ ਜ਼ਰੂਰ ਦਿੱਤੀ ਹੈ ਪਰ ਉਹਨੇ ਟੈਂਕੀ ਦਾ ਨੁਕਸਾਨ ਕੋਈ ਨਹੀਂ ਕੀਤਾ, ਦੂਜੇ ਬੰਬ ਨੇ ਟੈਂਕੀ ਦੇ ਵਿੱਚ ਮੁਰਾ ਕਰ ਦਿੱਤਾ। ਪਾਣੀ ਵਗਣਾ, ਅਸੀਂ ਉਹਦੇ ਥੱਲੇ ਆ ਗਏ ਸੀਗੇ, ਥੱਲੇ ਅਸੀਂ ਨਿਕਲ ਹੀ ਰਹੇ ਸੀਗੇ ਪੌੜੀਆਂ ਤੇ, ਉਹਦਾ ਬਾਹਰ ਨਿਕਲ ਰਹੇ ਟੈਂਕੀ ਦੀਆਂ ਥੱਲੇ ਵਾਲੀਆਂ ਪੌੜੀਆਂ ਤੇ ਉੱਤਰ ਆਏ ਸੀ ਜਦੋਂ ਦੂਜਾ ਬੰਬ ਵੱਜਿਆ। ਇਹ ਕੁਝ ਮਿੰਟ ਕੁ ਬਾਅਦ ਦੂਜਾ ਬੰਬ ਵੱਜਿਆ ਹੋਣਾ ਵਾ, ਪਹਿਲਾਂ ਬੰਬ ਦਾ ਉਹਨਾਂ ਨੇ ਅਸਰ ਦੇਖਿਆ ਹੋਣਾ ਵੀ ਨਹੀਂ ਹੋਇਆ ਤੋਪ ਦਾ, ਫੇਰ ਹੀ ਉਹਨਾਂ ਨੇ ਟੈਂਕ ਟੁੰਕ ਰੇਂਜ ਚ ਲਿਆ ਕੇ ਫੇਰ ਉੱਥੇ ਟੈਂਕ ਦਾ ਫਾਇਰ ਕੀਤਾ ਜੀ। ਅਸੀਂ ਉਹਦੇ ਥੱਲੇ ਉੱਤਰ ਗਏ ਤੇ ਜਦੋਂ ਬਿਲਕੁਲ ਅਸੀਂ ਥੱਲੇ ਅਜੇ ਮਤਲਬ ਗੇਟ ਤੋਂ ਬਾਹਰ ਨਿਕਲ ਰਹੇ ਹਾਂ, ਜਿਹੜਾ ਟੈਂਕੀ ਦੇ ਅੰਦਰ ਜਾਣ ਨੂੰ ਗੇਟ ਸੀ ਲੋਹੇ ਦਾ ਬਣਿਆ, ਉਹ ਬਾਹਰ ਨਿਕਲ ਰਹੇ ਤੇ ਦੂਜਾ ਬੰਬ ਵੱਜਿਆ ਤੇ ਮੁਰਾ ਹੋ ਗਿਆ ਤੇ ਪਾਣੀ ਵਗਣਾ ਸ਼ੁਰੂ ਹੋ ਗਿਆ ਜੀ। ਅਸੀਂ ਅਜੇ ਦੇਖ ਹੀ ਰਹੇ ਹਾਂ ਪਾਣੀ ਵੱਲ ਤੇ ਇੱਕ ਬੰਬ ਹੋਰ ਵੱਜਿਆ, ਉਸੇ ਬੰਬ ਉਸੇ ਸ਼ੇਕ ਦੇ ਨੇੜੇ ਹੀ ਵੱਜਿਆ ਜਿੱਥੇ ਪਹਿਲਾਂ ਟੈਂਕ ਦਾ ਦੂਜਾ ਗੋਲਾ ਵੱਜਿਆ, ਉਹਦੇ ਨੇੜੇ ਹੀ ਵੱਜਿਆ, ਥੋੜਾ ਚੌੜਾ ਹੋ ਗਿਆ ਸ਼ੇਕ ਜੀ, ਜਿੱਥੇ ਮੰਨ ਲਓ ਪਹਿਲਾਂ ਕੋਈ 3 ਇੰਚੀ ਜਾਂ 4 ਇੰਚੀ ਦਾ ਪ੍ਰੈਸ਼ਰ ਸੀ ਉੱਥੇ ਵੱਧ ਕੇ ਥੋੜਾ ਜਿਹਾ ਹੋਰ ਹੋ ਗਿਆ ਪਾਣੀ ਦਾ, ਪਾਣੀ ਵਗਣਾ ਸ਼ੁਰੂ ਹੋ ਗਿਆ। ਜਦੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਤੇ ਸਾਨੂੰ ਪਤਾ ਸੀ ਵੀ ਦੂਜੇ ਮੋਰਚਿਆਂ ਤੇ ਕੋਈ ਸਾਡੇ ਵਾਸਤੇ ਗੁੰਜਾਇਸ਼ ਹੈ ਨੀ ਜੀ ਕਿਤੇ ਵੀ ਸਾਡੇ ਲੰਬੇ ਪੈਣ ਜੀ, ਅਸੀਂ ਉਹਦਾ ਮੁਕਾਬਲਾ ਕਰ ਸਕੀਏ ਤੇ ਅਸੀਂ ਨਾ ਸੋਚ ਰਹੇ ਹਾਂ ਵੀ ਕੀ ਕੀਰ ਕਰੀਏ ਤੇ ਹੁਣ ਕਿੱਥੇ ਜਾਈਏ। ਉੱਥੋਂ ਅਸੀਂ ਤਿੰਨੇ ਜਾਣੇ ਜੀ ਨਿਖੜ ਗਏ ਹਾਂ, ਮੈਂ ਅਮਰਜੀਤ ਰੰਧਾਵਾ ਤੇ ਡਾਕਟਰ ਜੀ, ਮੈਂ ਇੱਧਰ ਨਾਨਕ ਨਿਵਾਸ ਵਾਲੇ ਪਾਸੇ ਆਇਆ। ਸਹੀ, ਡਾਕਟਰ ਕਿੱਥੇ ਗਿਆ, ਰੰਧਾਵਾ ਕਿੱਥੇ ਗਿਆ ਮੈਨੂੰ ਨੀ ਪਤਾ, ਇਹ ਤਾਂ ਮੈਨੂੰ ਬਾਅਦ ਵਿਚ ਕਈ ਸਾਲਾਂ ਬਾਅਦ ਜਦੋਂ ਰੰਧਾਵਾ ਮਿਲਿਆ ਉਦੋਂ ਪਤਾ ਲੱਗਾ, ਉਹਨੇ ਮੈਨੂੰ ਦੱਸਿਆ ਵੀ ਡਾਕਟਰ ਉੱਥੇ ਸ਼ਹੀਦ ਹੋ ਗਿਆ ਦਰਬਾਰ ਸਾਹਿਬ ਜੀ। ਅੱਛਾ, ਇੱਧਰ ਮੈਂ ਜਦੋਂ ਨਾਨਕ ਨਿਵਾਸ ਵਾਲੇ ਪਾਸੇ ਆਇਆ ਤੇ ਸੁਖਦੇਵ ਬੱਬਰ ਜਿਹੜੇ ਸੀਗੇ ਜਿੱਡੇ ਵੀ ਸ਼ਾਇਦ, ਤੇ ਇੱਕ ਦਾ ਨਾਂ ਸਤਨਾਮ ਸਿੰਘ ਸੀਗਾ, ਜਿਹਦੇ ਮੋਟੇ ਮੋਟੇ ਨਾਮ 4-5 ਬੱਬਰਾਂ ਜੀ, ਇਹ ਨਾ ਮਤਲਬ ਕਰ ਰਹੇ ਸੀਗੇ ਆਪਣਾ ਪਾੜ ਪਾ ਰਹੇ ਸੀ ਕੰਧ ਦੇ ਵਿਚ ਜੀ ਸੱਬਲ ਦੇ ਨਾਲ। ਅੱਛਾ, ਸੁਖਦੇਵ ਨੇ ਕੁਦਰਤੀ ਚਲੋ ਮੈਨੂੰ ਵੇਖ ਲਿਆ ਜੀ, ਤੇ ਮੈਨੂੰ ਕਹਿੰਦਾ ਵੀ ਥੋੜਾ ਉਰੇ ਬੰਦੂਕ ਤੇ ਤਿਆਰੀ ਕਰ ਬਾਹਰ ਨਿਕਲਣ ਦੀ ਤੂੰ ਵੀ। ਮੈਂ ਕਹਿੰਦੀ ਜਹਿਦਾਰ ਜੀ, ਸੁਖਦੇਵ ਵੱਡਾ ਸੀਗਾ ਕਾਫੀ, ਉਹਦੀ ਇੱਜ਼ਤ ਬਹੁਤ ਸੀ, ਮੈਂ ਕਰਦਾ ਪਿਆਰ ਬੜਾ ਸੀਗਾ। ਮੈਂ ਕਿਹਾ ਵੀ ਇਹ ਕੋਈ ਚੰਗੀ ਗੱਲ ਨੀ, ਆਪਾਂ ਇਸ ਤੋਂ ਮੈਦਾਨ ਛੱਡ ਕੇ ਭੱਜੀਏ। ਕਹਿੰਦਾ ਵੀ ਬੇਵਕੂਫੀ ਨਾ ਕਰਕੇ ਹੁਣ ਫੌਜ ਟੈਂਕ ਲੈ ਕੇ ਆ ਗਈ ਹੈ ਤੇ ਉਹਨਾਂ ਨੇ ਕਾਬੂ ਪਾ ਲੈਣਾ ਅੰਦਰ ਤੇ ਆਪਣਾ ਮਰਨਾ ਜਿਹੜਾ ਵਾ ਇਹ ਫੇਰ ਤੇ ਬਾਹਰ ਨਿਕਲਾਂਗੇ ਆਪਾਂ, ਫਿਰ ਕੌਮ ਦੀ ਸੇਵਾ ਕਰ ਲਾਂਗੇ, ਇੱਥੇ ਤਾਂ ਹੁਣ ਮਰਨਾ ਹੀ ਹੈ, ਫੌਜ ਦੇ ਗੋਲਿਆਂ ਨਾਲ ਮਰ ਜਾਂਗੇ, ਬੰਬਾਂ ਨਾਲ ਮਰ ਜਾਂਗੇ, ਗੋਲੀਆਂ ਨਾਲ ਮਰ ਜਾਂਗੇ, ਹੁਣ ਆਪਾਂ ਫੌਜ ਦਾ ਮੁਕਾਬਲਾ ਨੀ ਕਰ ਸਕਦੇ। ਫਿਰ ਮੇਰੇ ਥੋੜਾ ਜਿਹਾ ਦਿਮਾਗ ਚ ਬਹਿ ਗਈ ਗੱਲ ਤੇ ਮੈਂ ਕਿਹਾ ਠੀਕ ਹੈ ਜੈਸਾ ਕਰੇ ਤੁਹਾਡਾ ਹੁਕਮ, ਮੈਂ ਬੰਦੂਕ ਆਪਣੀ ਫੜ ਕੇ ਮੁੜ ਕੇ ਆਪਦੇ ਕਮਰੇ ਚ ਰੱਖ ਆਇਆ ਜੀ, ਰੱਖ ਕੇ ਤੇ ਆ ਕੇ ਮੈਂ ਇਹਨਾਂ ਦੇ ਨਾਲ, ਉਹਨਾਂ ਚਿਰ ਪਾਰ ਪੈ ਗਿਆ ਸੀ, ਬੰਦੇ ਨਿਕਲਦੇ ਸ਼ੁਰੂ ਹੋ ਗਏ, ਮੈਂ ਵੀ ਇਹਨਾਂ ਦੇ ਨਾਲ ਹੀ ਨਿਕਲ ਗਿਆ। ਸਾਹਮਣੇ ਚੌੜੀ ਗਲੀ ਸੀ, ਉਹ ਗਲੀ ਦੇ ਸਾਹਮਣੇ ਇੱਕ ਘਰ ਸੀ, ਅਸੀਂ ਉਹਦੇ ਚ ਵੜ ਗਏ ਤੇ ਉਹ ਘਰਾਂ ਵਾਲਿਆਂ ਨੇ ਸਾਨੂੰ ਵਰਤੀ ਗੋਲੀ ਦੇ ਵਿਚ ਰੋਟੀਆਂ ਵੀ ਪਹੁੰਚਾਈਆਂ ਨੇ ਅੰਦਰ, ਸਾਰੇ ਜਿੰਨੇ ਲੈਂਡ ਸੀ ਨਾ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ, ਉਹਨਾਂ ਨੇ ਆਪੋ ਆਪਣੇ ਘਰਾਂ ਚ ਰੋਟੀਆਂ ਬਣਾ ਕੇ ਦਾਲਾਂ ਬਣਾ ਕੇ ਤੇ ਅੰਦਰ ਪਹੁੰਚਾਈਆਂ ਵੀ ਹੈ 4 ਤਰੀਕ। ਅੱਛਾ, 5 ਤਰੀਕ ਨੂੰ ਤਾਂ ਤਕਰੀਬਨ ਮੈਨੂੰ ਲੱਗਦਾ ਬਹੁਤੇ ਭੁੱਖੇ ਰਹੇ ਆ ਸਾਰੇ। ਚਲੋ ਅਸੀਂ ਉਧਰ ਵੜ ਗਏ ਜੀ ਉਹਨਾਂ ਦੇ ਘਰ, ਤੇ ਉਹ ਪਤਾ ਸੀਗਾ ਵੀ ਇਹਦਾ ਸਾਹਮਣੇ ਹੀ ਘਰ ਹੈ, ਇੱਥੇ ਤਾਂ ਅਸੀਂ ਕਾਬੂ ਆ ਜਾਣਾ। ਉਹਨਾਂ ਦੇ ਅੰਦਰੋਂ ਵਿਹੜਿਆਂ ਚ ਟੱਪ ਕੇ ਪਰਦੇ ਬੰਨੇ, ਤੁਜੀ ਲੈਣ, ਤਿੱਜੀ ਲੈਣ, ਯਾਨੀ ਕਿ ਗਲੀਆਂ ਤਾਂ ਅਸੀਂ 2 ਟੱਪੀਆਂ ਹੋਣੀਆਂ ਤੇ ਲਾਈਨਾਂ ਲੈਣ ਤਿੱਜੀ ਤੇ ਚੌਥੀ ਦੇ ਵਿਚ ਅਸੀਂ ਚਲੇ ਗਏ। ਉੱਥੇ ਜਾ ਕੇ ਫੇਰ ਅਸੀਂ ਇੱਕ ਥਾਂ ਤੇ ਇਕੱਠੇ ਹੋ ਗਏ ਇੱਕ ਘਰ ਦੇ ਵਿਚ, ਇਕੱਠੇ ਵਾਰੀ ਵਾਰੀ ਟੱਪਦੇ ਹਨਾ, ਇਕਦਮ ਅਸੀਂ ਇੱਕ ਇੱਕ ਕਰਕੇ ਟੱਪਦੇ ਹਾਂ ਵੀ ਫੌਜ ਦਾ ਵੀ ਡਰ ਸੀਗਾ ਵੀ ਇਕੱਠੇ ਜਦੋਂ ਭੱਜਾਂਗੇ ਸਾਡੇ ਮਗਰ ਫੌਜ ਲੱਗ ਜੂਗੀ। ਅਸੀਂ ਤਾਂ ਐਂ ਨਿਕਲਦੇ ਸੀ ਵੀ ਜਿਵੇਂ ਮਹੱਲੇ ਵਾਲੇ ਬਾਹਰ ਨਿਕਲਦੇ ਜਾਂ ਘਰ ਵਾਲਾ ਵੈਸੇ ਬਾਹਰ ਨਿਕਲਿਆ, ਇਸ ਤਰੀਕੇ ਦਾ ਅਸੀਂ ਨਿਕਲ ਕੇ ਜਾਣਾ ਵਾਰੀ ਵਾਰੀ ਦੂਜੇ ਘਰਾਂ ਚ ਵੜੇ ਆ। ਜਦੋਂ ਉੱਥੇ ਇਕੱਠੇ ਹੋਏ ਤੇ ਸਾਰਿਆਂ ਕੋਲ ਹਥਿਆਰ ਸੀ ਛੋਟੇ, ਮੈਨੂੰ ਸੁਖਦੇਵ ਕਹਿੰਦਾ ਤੇਰੇ ਕੋਲ ਕੀ ਹਥਿਆਰ ਹੈ, ਮੈਂ ਕਿਹਾ ਕੋਈ ਵੀ ਨਹੀਂ, ਕਹਿੰਦਾ ਕੋਈ ਕੁਛ ਵੀ ਨਹੀਂ ਲੈ ਕੇ ਆਇਆ, ਮੈਂ ਕਿਹਾ ਵੀ ਆਪੇ ਤੁਹਾਨੂੰ ਫਿਰ ਹਥਿਆਰ ਰੱਖਾਂ ਤਾਂ,
ਕਹਿੰਦਾ ਮੈਂ ਤਾਂ ਬੰਦੂਕ ਰਖਾਈ ਸੀ ਵੀ ਬੰਦੂਕ ਆਪਾਂ ਇਕੱਠੇ ਲਗਾਵਾਂਗੇ ਤੇ ਛੋਟਾ ਹਥਿਆਰ ਤਾਂ ਰਿਵਾਲਵਰ ਪਿਸਟਲ ਤੇਰੇ ਕੋਲ ਹੋਣਾ ਚਾਹੀਦਾ ਸੀ। ਮੈਂ ਕਿਹਾ ਯਾਰ ਇਹ ਕਿਹੜੀ ਗੱਲ, ਮੈਂ ਹੁਣੇ ਲੈ ਆਉਣਾ, ਕਿਉਂਕਿ ਇੰਨੀ ਆਸ ਨੀ ਸੀ ਵੀ ਏਡੀ ਛੇਤੀ ਫੌਜ ਇੱਧਰ ਆ ਗਈ। ਪਰ ਜਦੋਂ ਮੈਂ ਦੁਬਾਰਾ ਵੜਿਆ ਵਾ ਦਰਬਾਰ ਸਾਹਿਬ ਦੇ ਵਿਚ ਉਸੇ ਪਾਰਕ ਦੇ ਵਿਚ, ਜਦੋਂ ਅੰਦਰ ਲੰਘ ਕੇ ਨਾਨਕਾ ਦਰਬਾਰ ਚ ਗਿਆ ਤੇ ਫੌਜ ਸਾਡੇ ਕਮਰਿਆਂ ਦੀ ਤਲਾਸ਼ੀ ਲੈ ਗਈ। ਅੱਛਾ, ਉਹਨਾਂ ਜਦੋਂ ਮੈਨੂੰ ਇਕਦਮ ਵੇਖਿਆ ਤੇ ਉਹਨਾਂ ਨੂੰ ਵੀ ਹੈਰਾਨੀ ਹੋਈ ਵੀ ਅਸੀਂ ਤਾਂ ਇੱਥੇ ਸਾਰਾ ਵੇਖ ਲਿਆ ਵੀ ਖਾਧੀ ਪਿਆ ਤੇ ਇਹ ਕਿੱਥੋਂ ਨਿਕਲ ਆਇਆ ਜਿਉਂਦਾ। ਮੈਨੂੰ ਕਹਿੰਦੇ ਹੈਂਡਸ ਅਪ, ਮੈਂ ਹੱਥ ਪੱਤੇ ਕਰਨੇ ਸੀਗੇ, ਇਹ ਤਾਂ ਹੈ ਨੀ ਉਹਨਾਂ ਅੱਗੇ ਮੈਂ ਅੜ ਜਾਂਦਾ, ਐਵੇਂ ਮੈਂ ਦਲੇਰੀ ਵਿਖਾਵਾਂ ਵੀ ਮੈਂ ਹੱਥ ਨੀ ਖੜੇ ਕੀਤੇ। ਜਿੱਦਾਂ ਇੱਕ ਦੋ ਸਿੰਘ ਕਹਿੰਦੇ ਅਸੀਂ ਤਾਂ ਕੋਈ ਹੱਥ ਨੀ ਜੀ ਖੜੇ ਕੀਤੇ, ਨਿਕਲੇ ਸਾਰੇ ਹੱਥ ਖੜੇ ਕਰਕੇ ਹੀ ਹੈ ਭਾਜਪਾ ਵਿੱਚ, ਜਿੱਦਾਂ ਮਰਜ਼ੀ ਕੋਈ ਖੜ ਕੇ ਜਾਂ ਮਾਰੇ ਗਏ ਆ ਤੇ ਜਿਹੜੇ ਬਚੇ ਉਹ ਹੱਥ ਖੜੇ ਕਰਕੇ ਨਿਕਲੇ ਜਾਂ ਪੱਟੜ ਹੋ ਕੇ। ਅੱਛਾ, ਤੁਹਾਨੂੰ ਉੱਥੇ ਤੁਹਾਡੇ ਹੱਥ ਖੜੇ ਕਰਾਏ ਉਹਨਾਂ ਨੇ? ਹੱਥ ਖੜੇ ਕਰਾ ਕੇ ਕੰਧ ਨਾਲ ਲਾ ਲਿਆ, ਗੋਲੀ ਮਾਰਨ ਲੱਗੇ ਸੀ। ਅੱਛਾ, ਗੋਲੀ ਮੇਰੇ ਮਾਰਨ ਲੱਗੇ ਸੀਗੇ, ਪਰ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਜੀ ਠੀਕ ਹੈ ਤੁਸੀਂ ਮੈਨੂੰ ਗੋਲੀ ਮਾਰ ਸਕਦੇ ਜੇ, ਪਰ ਪਹਿਲਾਂ ਮੇਰੀ ਇੱਕ ਗੱਲ ਸੁਣ ਲਓ। ਉਹ ਕਹਿੰਦੇ ਬੋਲ। ਮੈਂ ਕਿਹਾ ਜੀ ਮੇਰੀ ਤੁਸੀਂ ਤਲਾਸ਼ੀ ਲਓ, ਮੇਰੀ ਜੇਲ੍ਹ ਦੇ ਵਿੱਚ ਆਈ ਕਾਰਡ ਹੈ, ਮੈਂ ਸਟੂਡੈਂਟ ਹਾਂ, ਚੰਡੀਗੜ੍ਹ ਪੜ੍ਹਦਾ ਵਾ, ਮੇਰੇ ਡੈਡੀ ਜਿਹੜੇ ਆ ਉਹ ਚੰਡੀਗੜ੍ਹ ਪੁਲਿਸ ਦੇ ਵਿੱਚ ਅਫਸਰ ਨੇ ਜੀ, ਤੇ ਮੈਂ ਚੰਡੀਗੜ੍ਹ ਪੜ੍ਹਦਾ, ਮੈਂ ਤਾਂ ਇੱਥੇ ਮੱਥਾ ਟੇਕਣ ਆਇਆ ਸੀਗਾ ਦਰਬਾਰ ਸਾਹਿਬ ਜੀ। ਉਹ ਉਸ ਟਾਈਮ ਸ਼ਾਇਦ ਫੌਜੀਆਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਅਸੀਂ ਕੁਛ ਨਜਾਇਜ਼ ਵੀ ਮਾਰ ਦਿੱਤੇ ਆ ਵੀ ਸਾਰੇ ਖਾੜਕੂ ਨਹੀਂ ਹੈ ਇੱਥੇ। ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਆ ਗਿਆ ਤੇ ਮੇਰੀ ਤਲਾਸ਼ੀ ਲਈ ਮੇਰੀ ਜੇਲ੍ਹ ਚ ਚੰਡੀਗੜ੍ਹ ਦਾ ਚੰਡੀਗੜ੍ਹ ਨਿਕਲ ਆਇਆ ਜੀ। ਤੇ ਫਿਰ ਉਹਨਾਂ ਦਾ ਅਫਸਰ ਕਹਿੰਦਾ ਵੀ ਰਹਿਣ ਤੋਂ, ਇਹਨੂੰ ਕੁਛ ਨੀ ਕਹਿਣਾ, ਇਹਨੂੰ ਸਮੁੰਦਰੀ ਹਾਲ ਦੇ ਵਿਚ ਲੈ ਜਾਓ ਵੀ ਉੱਥੇ ਇਹਨੂੰ ਜਿੱਥੇ ਬਾਕੀ ਸੰਗਤ ਬਿਠਾਈਏ, ਕਿਉਂਕਿ ਉਧਰ ਦੇ ਪਾਸੋਂ ਕਬਜ਼ਾ ਕਰਦੇ ਕਰਦੇ ਇਧਰ ਨੂੰ ਆਏ ਜਾਣ ਦੇ ਪਾਸ। ਸਮੁੰਦਰੀ ਹਾਲ ਚ ਪਹਿਲਾਂ ਕਬਜ਼ਾ ਸੀ, ਫਿਰ ਸਮੁੰਦਰੀ ਪਹਿਲਾਂ ਸਰਾਂ ਵਾਲੇ ਪਾਸੇ ਕਬਜ਼ਾ ਹੋਇਆ, ਫਿਰ ਸਮੁੰਦਰੀ ਹਾਲ ਤੇ ਹੋਇਆ, ਫਿਰ ਅਖੀਰ ਚ ਨਾਨਕਰ ਵਾਸਤੇ ਹੋਇਆ ਇੱਧਰ ਦੀ ਸਾਈਡ ਜੀ। ਤੇ ਉਹ ਮੈਨੂੰ ਉਹਨਾਂ ਨੇ ਜਦੋਂ ਉਧਰ ਨਾਨਕ ਨਿਵਾਸ ਵਾਲੇ ਪਾਸੇ ਲਿਜਾਣ ਲੱਗੇ ਤੇ ਮੈਨੂੰ ਕਹਿੰਦੇ ਵੀ ਇਸ ਜਗ੍ਹਾ ਤੋਂ ਦੌੜ ਕੇ ਜਾਣਾ, ਵਿਚ ਇੱਕ ਗਲਿਆਰਾ ਜਾ ਪੈਂਦਾ ਸੀਗਾ ਨਾਨਕ ਨਿਵਾਸ ਦੇ ਤੇ ਸਮੁੰਦਰੀ ਹਾਲ ਦੇ ਵਿਚਾਲੇ, ਕੋਈ ਹੋਊਗਾ ਕੋਈ 20-25 ਫੁੱਟ। ਮੈਨੂੰ ਕਹਿੰਦੇ ਵੀ ਦੌੜ ਕੇ ਜਾਣਾ ਹੈ। ਮੈਂ ਉਹਨਾਂ ਦੇ ਨਾਲ ਉਹ ਦੌੜੀ ਗਿਆ ਤੇ ਮੈਂ ਆਰਾਮ ਨਾਲ ਤੁਰ ਪਿਆ। ਮੈਨੂੰ ਕਹਿੰਦੇ ਦੌੜ ਤਬਕੇ ਜੇ ਦੇ ਨਾਲ, ਮੈਂ ਫਿਰ ਦੌੜ ਪਿਆ, ਪਰ ਮੈਂ ਚੰਗਾ ਰਿਹਾ ਦੌੜ ਗਿਆ, ਨਹੀਂ ਤੇ ਸਾਡੇ ਮਗਰੇ ਬ੍ਰਸਤ ਆਇਆ ਸੀ ਪਰਿਕਰਮਾ ਵਾਲੀ ਸਾਈਡ ਤੋਂ। ਅੱਛਾ, ਤੇ ਉੱਥੇ ਕਾਰ ਇੱਕ ਖੜੀ ਸੀਗੀ ਅੰਬੈਸਡਰ, ਉਹ ਸਾਰੀ ਵਿੰਨੀ ਗਈ ਕਾਰ ਉਹਦੇ ਨਾਲ ਗੋਲੀਆਂ ਨਾਲ। ਇਹ ਤਾਂ ਗੱਲ ਹੋ ਗਈ ਵੀ ਤੁਹਾਨੂੰ ਉਹਨਾਂ ਨੇ ਅਰੈਸਟ ਕਰ ਲਿਆ। ਹਾਂਜੀ, ਆਪਾਂ ਥੋੜਾ ਜਿਹਾ ਫਲੈਸ਼ ਬੈਕ ਚ ਜਾਂਦੇ ਹਾਂ, ਤੁਸੀਂ ਇਸ ਮੂਵਮੈਂਟ ਦੇ ਨਾਲ ਜੁੜੇ ਕਦੋਂ, ਮਤਲਬ ਤੁਸੀਂ ਕਿਹਦੇ ਸੰਪਰਕ ਚ ਆ ਕੇ ਇੱਥੇ ਦਰਬਾਰ ਸਾਹਿਬ ਤੱਕ ਪਹੁੰਚ ਗਏ? ਦਰਬਾਰ ਸਾਹਿਬ ਤਾਂ ਆਉਣ ਜਾਣ ਤਾਂ ਮੇਰਾ ਪਹਿਲਾਂ ਹੀ ਸੀਗਾ ਵੀ ਉਹ ਸੰਤਾਂ ਦੇ ਨਾਲ ਤਾਂ ਕੋਈ ਲਿੰਕ ਨਹੀਂ ਸੀਗਾ, ਵੀ ਦਰਬਾਰ ਸਾਹਿਬ ਮੈਂ ਆਉਂਦਾ ਜਾਂਦਾ ਹੁੰਦਾ ਸੀਗਾ, ਥੋੜਾ ਜਿਹਾ ਧਾਰਮਿਕ ਪ੍ਰਵਿਰਤੀ ਦਾ ਮੈਂ ਹੈਗਾ ਸੀਗਾ। 1970 ਦੇ ਵਿਚ ਮੈਂ ਇਹ ਦਮਦਮੀ ਟਕਸਾਲ ਵਾਲਿਆਂ ਤੇ ਆਪਣੇ ਸੰਤ ਕਰਤਾਰ ਸਿੰਘ ਹੋਣਾ ਤੋਂ ਪਿੰਡਰਾਂ ਵਾਲੇ ਜਿਹੜੇ ਸੀਗੇ ਉਹਨਾਂ ਤੋਂ ਅੰਮ੍ਰਿਤ ਛਕਿਆ ਸੀ ਜੀ। ਉਹਦੇ ਬਾਅਦ ਥੋੜਾ ਜਿਹਾ ਲਗਾਵ ਜਿਹਾ ਹੋ ਗਿਆ ਸੀ ਇਹਨਾਂ ਦੇ ਨਾਲ, ਤੇ ਉਦੋਂ ਪਰ ਮੇਰੀ ਏਡੀ ਉਮਰ ਨੀ ਸੀਗਾ ਵੀ ਮੈਂ ਕੋਈ ਸਮਝ ਸਕਦਾ ਜਾਂ ਕਿੱਦਾਂ ਵਾ। ਛੇਤੀ ਬਾਅਦ ਕਰਤਾਰ ਸਿੰਘ ਹੋਰੀ ਸੰਤ ਕਰਤਾਰ ਸਿੰਘ ਚੜਾਈ ਕਰਕੇ ਫਿਰ ਸੰਤ ਚੰਦਰੈਣ ਸਿੰਘ ਉਹਨਾਂ ਦੀ ਜਗ੍ਹਾ ਆ ਗਏ। ਇਹ ਥੋੜੇ ਜਿਹੇ ਗਰਮ ਖਿਆਲ ਸੀ, ਇਹਨਾਂ ਦੇ ਬਿਆਨ ਵੀ ਉਹਨਾਂ ਅਖਬਾਰ ਦੇ ਵਿਚ ਪੜ੍ਹਦੇ ਪੁੜਦੇ ਰਹੀਦਾ ਸੀਗਾ ਤੇ ਵਧੀਆ ਲੱਗਦੇ ਸੀਗੇ, ਖਿਆਲ ਵਧੀਆ ਤੇ ਸੱਚਮੁੱਚ ਹੀ ਸਾਡੇ ਨਾਲ ਧੱਕਾ ਹੋ ਰਿਹਾ ਵਾ, ਜਿੱਦਾਂ ਮਤਲਬ ਗੱਲਾਂ ਜੋ ਸਾਨੂੰ ਸੁਣਾਈਆਂ ਜਾਂਦੀਆਂ ਸੀਗੀਆਂ। ਇੱਕ ਅਨੰਦਪੁਰ ਦਾ ਮਤਾ ਸੀ, ਉਹਦੇ ਚ ਸਾਰੀਆਂ ਹੀ ਮੰਗਾਂ ਸਾਨੂੰ ਜਾਇਜ਼ ਲੱਗਦੀਆਂ ਸੀ, ਇਹ ਸਾਡੀਆਂ ਤਾਂ ਸਾਰੀਆਂ ਜਾਇਜ਼ ਮੰਗਾਂ ਵਾ, ਸਰਕਾਰ ਸਾਡੀਆਂ ਬਣਦੀ ਨਹੀਂ ਹੈ ਤੇ ਸਰਕਾਰ ਦੇ ਖਿਲਾਫ਼ ਤਾਂ ਸੰਤਾਂ ਦਾ ਗੁੱਸਾ ਜਾਇਜ਼ ਹੈ, ਇਹ ਮਤਲਬ ਸੋਚ ਥੋੜੀ ਥੋੜੀ ਬਣਦੀ ਜਾਂਦੀ ਸੀ। ਉਸ ਤੋਂ ਬਾਅਦ ਮੈਂ ਜਦੋਂ ਸਕੂਲ ਟਾਈਮ ਤੋਂ ਬਾਅਦ ਕਾਲਜ ਚ ਗਿਆ ਜੀ, ਮੈਂ ਫੈਡਰੇਸ਼ਨ ਨਾਲ ਜੁੜ ਗਿਆ ਆਲ ਇੰਡੀਆ ਸਿੱਖ ਸਟੂਡੈਂਟ। ਅੱਛਾ, ਫੈਡਰੇਸ਼ਨ ਉਦੋਂ ਤੁਸੀਂ ਉਦੋਂ ਸਾਡਾ ਹੁੰਦਾ ਸੀਗਾ ਜੀ ਇੱਥੇ ਸੁਖਵੰਤ ਸਿੰਘ ਅਬੂਰ ਸਾਡਾ ਹੁੰਦਾ ਸੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਚੰਡੀਗੜ੍ਹ ਯੂਨਿਟ ਦਾ, ਤੇ ਇੱਕ ਮੈਂ ਤੁਹਾਡੇ ਚੈਨਲ ਤੇ ਪਹਿਲਾਂ ਦਲਜੀਤ ਸਿੰਘ ਸਿੱਧੂ ਕਹਿ ਗਿਆ, ਉਹ ਦਲਜੀਤ ਗਿੱਲ ਸੀਗਾ ਜੀ, ਉਹ ਸਾਡਾ ਜਨਰਲ ਸਕੱਤਰ ਸੀਗਾ ਜੀ, ਕਾਫੀ ਉਮਰ ਤੇ ਸੀਗੇ ਮੇਰੇ ਤੋਂ ਕਿਤੇ ਵੱਡੇ ਸੀਗੇ ਉਹ, ਤੇ ਉਹ ਬਾਅਦ ਵਿਚ ਬਰਨਾਲਾ ਸਰਕਾਰ ਵਾਲੇ ਚਲੋ ਉਹਨਾਂ ਨੂੰ ਨੌਕਰੀਆਂ ਨਾਕਰੀਆਂ ਮਿਲ ਗਈਆਂ। ਇਸ ਵੇਲੇ ਦਲਜੀਤ ਗਿੱਲ ਤਾਂ ਮੈਂ ਸੁਣਿਆ ਰਿਟਾਇਰ ਹੋ ਗਿਆ, ਤੇ ਸੁਖਵੰਤ ਸਿੰਘ ਅਬੂਰ ਇਸ ਵੇਲੇ
नौकरी कर रहे जी पटियाले मेन फेसबुक तो एक मित्र ने जो मैं स्टोरी पाई ना अपनी फेसबुक के उत्ते एक उस महकमे का बंदा जी अमरिंदर सिंह ढिल्लों उन्हें कितने वो स्टोरी सुखवंत सिंह बोर तो सुनी सी इदा मैं चंडीगढ़ हों प्रधान हों मैं सुखवंत बोर की फोटो पाते इनबॉक्स क्या कि आ बंदा तो नहीं अच्छा मैं लगता तो यही है पर दाढ़ी चट्टी चली है उदो दाढ़ी काली सी माड़ी माड़ी दाढ़ी सी पर लगता उ कहना ए उ है चलो मेरी फिर उन्हें फोन से गल भी करवा दिती पटियाले नौकरी करता सुखवंत मेरू बाद चे बुलाया भी आने वास्ते पटियाले आई मिलांगे आपां पुरानिया ज्यादा ताजा करांगे पर नहीं मुड़के साडा मेल नहीं हो सकिया इस गल नूं 6-7 साल हो गए जद फेसबुक ते स्टोरी पाई गल की उ मेरी गल स्पष्टीकरण मेरा एक तरह का मिल गया सीगा भी बंदा सही बोल रहा वा दूजी गल मैं अमृतसर जिले का रहन करके दरबार साहब आउंदा जांदा सीगा ते मैं इन्हां तो फेडरेशन वालिआं तो बिना भी दरबार साहब चला जांदा सी क्योंकि एक दो वारी तो मैनू इन्हां ने बुलाया ਇਹ ਆਪਣਾ ਹਰਮਿੰਦਰ ਗਿੱਲ ਵੀ ਸਾਡੇ ਕੋਲ ਉੱਥੇ ਆਉਂਦਾ ਰਿਹਾ ਜੀ ਜਿਹੜਾ ਹੁਣ ਐਮਐਲਏ ਪੱਟੀ ਹੈ ਇਸ ਵੇਲੇ ਇਹਦੇ ਨਾਲ ਵੀ ਜਾਣ ਪਛਾਣ ਹੋ ਗਈ ਹੋਰ ਵੀ ਇੱਥੋਂ ਆਉਂਦੇ ਸੀਗੇ ਸਿੰਘ ਚੰਡੀਗੜ੍ਹ ਦਰਬਾਰ ਸਾਹਿਬ ਤੋਂ ਉਹ ਸਾਡੇ ਕੋਲ ਹੀ ਆਉਂਦੇ ਸੀ ਤੇ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਸੀਗਾ ਕੁਛ ਮੇਰੇ ਘਰ ਵੀ ਰਹਿ ਪੈਂਦੇ ਸੀ ਕਈ ਵਾਰੀ ਤੇ ਕਈ ਵਾਰੀ ਮੈਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕਰ ਲੈਂਦਾ ਸੀ ਉਹਨਾਂ ਦੇ ਵਾਸਤੇ ਵਹੀਕਲ ਦਾ ਪ੍ਰਬੰਧ ਵੀ ਮੈਂ ਹੀ ਕਰਦਾ ਹੁੰਦਾ ਚੰਡੀਗੜ੍ਹ ਕਿਉਂਕਿ ਉਦੋਂ ਤਾਂ ਸਾਈਕਲ ਬਹੁਤ ਲੋਕਾਂ ਕੋਲ ਘੱਟ ਹੁੰਦੇ ਸੀ ਜੇ ਮੇਰੇ ਕੋਲ ਆਪਦਾ ਮੋਟਰਸਾਈਕਲ ਹੁੰਦਾ ਸੀਗਾ ਜਦੋਂ ਮੈਂ ਕਾਲਜ ਜਾਂਦਾ ਸੀਗਾ ਤੇ ਮੈਂ ਆਪਣਾ ਮੋਟਰਸਾਈਕਲ ਜਿਹਦੇ ਕੋਲ ਆਪਦਾ ਸੰਦ ਹੋਵੇ ਉਹਨੂੰ ਅਸੀਂ ਮੰਗਵਾ ਵੀ ਦੇ ਦਿੰਦੇ ਆ ਇਹ ਤੁਹਾਨੂੰ ਪਤਾ ਹੀ ਹੈ ਲੋੜ ਪੈਣੀ ਹੈ ਹਾਂ ਜੇ ਉਹਨਾਂ ਨੂੰ ਦੋ ਚੀਜ਼ਾਂ ਦੋ ਵਹੀਕਲਾਂ ਦੀ ਲੋੜ ਹੁੰਦੀ ਸੀ ਟੂ ਵਹੀਲਰਾਂ ਦੀ ਇੱਕ ਮੇਰਾ ਹਾਜ਼ਰ ਹੁੰਦਾ ਸੀ ਇੱਕ ਮੈਂ ਕਿਸੇ ਹੋਰ ਦਾ ਮੰਗ ਦਿੰਦਾ ਸੀਗਾ ਜਿਹਨਾਂ ਨੂੰ ਫਿਰਨਾ ਤੁਰਨਾ ਸੌਖਾ ਹੋ ਜਾਂਦਾ ਸੀ ਕੋਈ ਰੈਕੀ ਕਰਨੀ ਹੈ ਜਾਂ ਕੁਛ ਕਰਨਾ ਕੋਈ ਜਗ੍ਹਾ ਵੇਖਣੀ ਇਹਨਾਂ ਨੇ ਜੇ ਕੋਈ ਕੰਮ ਕਰਨਾ ਕੁਛ ਵੀ ਕਰਨਾ ਸੀ ਮੈਂ ਇਹਨਾਂ ਦੀ ਸਹਾਇਤਾ ਕਰਦਾ ਸੀਗਾ ਤੇ ਮੈਂ ਇਹਨਾਂ ਸਾਰਿਆਂ ਤੋਂ ਹੈਗਾ ਵੀ ਛੋਟਾ ਸੀ ਉਮਰ ਦੇ ਵਿੱਚ ਤੇ ਤਿੱਖਾ ਵੀ ਥੋੜਾ ਜਿਹਾ ਸੀਗਾ ਕਿ ਦਿਮਾਗ ਇਹਨਾਂ ਨਾਲ ਜ਼ਿਆਦਾ ਕੰਮ ਕਰਦਾ ਸੀਗਾ ਇਸ ਪਾਸੇ ਸ਼ੌਕ ਵੀ ਸੀਗਾ ਕੁਛ ਕੰਮ ਕਰਨ ਦਾ ਫਿਰ ਮੈਂ ਦਰਬਾਰ ਸਾਹਿਬ ਇਹਨਾਂ ਨੂੰ ਦੱਸੇ ਤੋਂ ਬਿਨਾਂ ਜਾਣ ਲੱਗ ਪਿਆ ਮੇਰਾ ਭਾਈ ਮਰੀਤ ਸਿੰਘ ਨਾਲ ਚੰਗਾ ਨੇੜ ਹੋ ਗਿਆ ਹਰਮਿੰਦਰ ਸੰਧੂ ਨਾਲ ਚੰਗਾ ਨੇੜ ਹੋ ਗਿਆ ਦਿਰਸਾ ਸਿੰਘ ਵਲਟੋਆ ਮੇਰੇ ਨਾਨਕਿਆਂ ਦਾ ਸੀਗਾ ਵਲਟੋਏ ਮੇਰੇ ਨਾਨਕੇ ਹੈ ਉਹਨਾਂ ਨਾਲ ਵੀ ਨੇੜ ਹੋ ਗਿਆ ਹਾਂ ਉਹਨਾਂ ਨਾਲ ਵੀ ਨੇੜ ਹੋ ਗਿਆ ਤੇ ਸੁਖਦੇਵ ਬੱਬਰ ਦਾਸੂਵਾਲ ਦਾ ਸੀਗਾ ਉਹ ਤਾਂ ਬਾਅਦ ਵਿਚ ਚਲੋ ਮੈਂ ਦਰਬਾਰ ਸਾਹਿਬ ਜਦੋਂ ਵਾਹ ਵਾਲ ਜਾਣ ਲੱਗ ਪਿਆ ਉਦੋਂ ਸੁਖਦੇਵ ਬੱਬਰ ਨਾਲ ਜਾਣ ਪਛਾਣ ਨਿਕਲੀ ਹੈ ਮੇਰੀ ਇੱਥੋਂ ਮੇਰਾ ਜੀ ਇੱਧਰ ਦਰਬਾਰ ਸਾਹਿਬ ਆਉਣ ਜਾਣ ਸ਼ੁਰੂ ਹੋਇਆ ਤੇ ਮੈਂ ਸਰਗਰਮੀ ਦੇ ਨਾਲ ਹਿੱਸਾ ਲੈਣਾ ਸ਼ੁਰੂ ਕਰਤਾ ਜੀ ਹਾਂਜੀ ਹੋਰ ਅੱਛਾ ਤੁਸੀਂ ਇੱਥੇ ਸਰਗਰਮੀਆਂ ਚ ਹਿੱਸਾ ਲੈਣਾ ਸ਼ੁਰੂ ਕਰਤਾ ਕੀ ਫਿਰ ਸਰਗਰਮੀਆਂ ਕਰਦੇ ਰਹੇ ਉਹਨਾਂ ਵਜ੍ਹਾ ਚ ਗੱਲ ਇਸ ਤਰ੍ਹਾਂ ਜੀ ਕੁਛ ਕੇਸ ਇਹੋ ਜਿਹੇ ਹੁੰਦੇ ਆ ਵੀ ਜਿਨ੍ਹਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਵੀ ਉਹ ਕਦੀ ਵੀ ਕਲੋਜ਼ ਨਹੀਂ ਹੁੰਦੇ ਸਹੀ ਹੈ ਹੋ ਸਕਦਾ ਕੁਛ ਮੈਂ ਕੀਤਾ ਹੋਵੇ ਤੇ ਉਹ ਪੁਲਿਸ ਨੇ ਕਿਸੇ ਹੋਰ ਦੇ ਉੱਤੇ ਮੜ ਕੇ ਤੇ ਮੁੜ ਕੇ ਉਹ ਕਰ ਦਿੱਤੇ ਹੋਣ ਸਹੀ ਕੁਛ ਇਹੋ ਵੀ ਹੋ ਸਕਦਾ ਵਾ ਵੀ ਅਜੇ ਪੈਂਡਿੰਗ ਹੀ ਪਏ ਹੋਣ ਜਿਨ੍ਹਾਂ ਚ ਇੱਕ ਕੇਸ ਮੈਨੂੰ ਹੁਣ ਪਤਾ ਲੱਗਾ ਵੀ ਅਜੇ ਤੱਕ ਪੈਂਡਿੰਗ ਪਿਆ ਉਹ ਆ ਜੀ ਵਿਸ਼ਵਨਾਥ ਤਿਵਾੜੀ ਹੋਣਾ ਦਾ ਕਤਲ ਜਿਹੜਾ ਮਨੀਸ਼ ਤਿਵਾੜੀ ਦੇ ਪਿਤਾ ਜੀ ਮਨੀਸ਼ ਤਿਵਾੜੀ ਹੋਣਾ ਦੇ ਪਿਤਾ ਜੀ ਉਹ ਮੈਨੂੰ ਪਤਾ ਲੱਗਾ ਵੀ ਅਜੇ ਵੀ ਕੇਸ ਉਹ ਪੈਂਡਿੰਗ ਹੈ ਉਹਦੇ ਵਿਚ ਇਹ ਚੀਜ਼ ਆ ਜੀ ਅੰਮ੍ਰਿਤਸਰ ਤੋਂ ਹੀ ਗਏ ਸੀਗੇ ਆਪਣੇ ਫੈਡਰੇਸ਼ਨ ਵਾਲੇ ਹੀ ਸਾਡੇ ਸਾਥੀ ਜੀ ਇਨ੍ਹਾਂ ਨੇ ਉੱਥੇ ਪਹਿਲਾਂ ਤਾਂ ਵਹੀਕਲ ਦੀ ਡਿਮਾਂਡ ਕੀਤੀ ਹੈ ਕਿ ਸਾਨੂੰ ਇੱਕ ਕਾਰ ਚਾਹੀਦੀ ਕੋਈ ਕੰਮ ਕਰਨਾ ਤੇ ਇਨ੍ਹਾਂ ਦੇ ਨਾਲ ਇੱਕ ਸਾਡਾ ਸਾਥੀ ਹੁੰਦਾ ਸੀ ਭੁਪਿੰਦਰ ਸਿੰਘ ਲੌਂਗੀਆ ਜੀ ਇੱਕ ਦਾ ਮੈਨੂੰ ਨਾਮ ਭੁੱਲ ਗਿਆ ਚਲੋ ਜੀ ਕਾਰ ਦਾ ਪ੍ਰਬੰਧ ਹੋ ਗਿਆ ਜੀ ਤੁਹਾਨੂੰ ਮੈਂ ਗੱਲ ਦੱਸਾਂ ਇਨ੍ਹਾਂ ਵਾਸਤੇ ਹਾਂ ਅਗਲੇ ਦਿਨ ਵਿਸ਼ਵਨਾਥ ਤਿਵਾੜੀ ਹੋਣਾ ਤਾਂ ਕਤਲ ਵੀ ਹੋ ਗਿਆ ਕਰਕੇ ਜੀ ਮੇਰੀ ਇਹਨਾਂ ਨੇ ਇਹ ਡਿਊਟੀ ਲਾਈ ਕਿ ਅਸੀਂ ਕਾਰ ਜਿਹੜੀ ਹੈ ਨਾ ਉਹ ਫਲਾਨੀ ਜਗ੍ਹਾ ਛੱਡ ਆਏ ਹੈ ਤੇ ਉੱਥੋਂ ਕਾਰ ਗਾਇਬ ਕਰ ਦੇ ਤੇ ਕਿਤੇ ਸੁਰੱਖਿਅਤ ਥਾਂ ਦੇ ਉੱਤੇ ਲਾ ਦੇ ਤੇ ਪੁਲਿਸ ਦੇ ਹੱਥ ਸੁਰਾਗ ਨਾ ਲੱਗੇ
मैं तुहानू अज भी कार का नंबर दस सकता कार का नंबर सीगा जी CHA 4318 जी ए वखरी गल है शायद फर्जी नंबर लगा सीगा हरे रंग की कार सी हरे रंग की कार सी फीएट कार जो मैं कार दे कोल पहुंचया कार नू उथो गैब करने वास्ते ते उथे पुलिस पहला पहुंच चुकी जी ते फिर उथे दा मेरी बेवकूफी सी उथो दा कार नू छेड़ा मैं तां फसण वाली गल थी ना सिद्धी मेरी उथो फिर मैं सीधा ही लग गया असीं मोटरसाइकिल ते गए सी दो जणे जी यही होना सीगा भी मेनू उन्हें उतार देना सी ते मैं उथो कार लैके ते किदां ना किते चंडीगढ़ ते लुका देनी सी चंडीगढ़ मैं बाहर कट दिता मोहाली आली साइड लै जाता जो सदर दरबार साहब ही पहुंचा दिता मैं बड़ा स्पर्ट सीगा ड्राइवर उन्होंने दिनों दे विच जिन्ना दिनों दे विच लोगों को मोटरसाइकिल स्कूटर भी नहीं चलाना हुंदा हुंदा ते मैं 3 to 3.5 hours दे विच चंडीगढ़ तो अमृतसर कार ला दिता हुंदा 3 to 3.5 hours आराम नाल जो रुकड़ा दी रस्ते च स्पीड 130-140 दी स्पीड रखनी है जम के ओ कारा चलदियां हुंदियां सी अजकल माहौल जिहा कारा नहीं सी हुंदियां जी ते उन्हां दिनां च ट्रैफिक भी इन्नी ज्यादा नहीं सी हुंदी सड़कां बेशक एडियां चौड़ियां नहीं सी इन्नी ट्रैफिक भी नहीं सी हुंदी जी साढ़े 3 hours मेरा वध तों वध टाइम कटिया होया जी चंडीगढ़ तों अमृतसर दा नहीं तां मैं 3 hours ही ला दिंदा हुंदा सी साहब हुण ओह जिहड़ा कतल है जी विश्वानाथ तिवाड़ी होना दा ओह मेरी लगदा कल बड़े इंटरव्यू मित्र ने वेख ली है मैं तुहानू कल भी जिक्र कीता सीगा कि ओह मैनू उदो ही फोन आ गया सी जदों मैं इहदे बारे पोस्ट पा बैठा हां जी फेसबुक दे उत्ते इन्हां दे पार्टी दे बंदे कतल करन वाले सी ओही श्रद्धांजलि दे रहे आ जी नहीं तिवाड़ी दे माता जी नूं वो एक इशारा जिहा सीगा दसण दा मेरे तो पोस्ट चलो डिलीट करवा दित्ती गई बाद विच जी हुण इत्थों फिर एक सवाल उठदा है भी सेंटर च उदों कांग्रेस दी सरकार सी जी ठीक है जी मेरे ख्याल तिवाड़ी साहब भी शायद कांग्रेस ही होणगे मैनूं नहीं पता उस टाइम आई थिंक कांग्रेस ही सीगे जी ठीक है जी ते कांग्रेसी लीडर का नाम विच आ रहा है जी उस कतल दे विच ते केस अजे तक किसे पासे नहीं लगा जी इस तो फिर शक नहीं पैदा हुंदा कि सरकार ही सब कुछ कराउण वाली सीगी ते सरकार दे ही बंदे सीगे करन वाले ते इक साडे वर्गियां दे विच एवें ही वरत लिया जांदा सीगा हां वरत लिया जांदा सी ते जे किते कार बाई चांस मैं उथो भजाउण लगा फस जांदा ते ओह कतल मेरे ते भी मड़िया जाणा सी ते मैं उहनू फाए लगा होणा सी शायद मैनूं फांसी हो जांदी उस केस च मैनूं इनवॉल्व कर लैणा सीगा जे मैं उथों कार लै जांदा जी आ कहणा सीगा मैं इहदे विच तां कोई शक ही नहीं है ओह तां ही इहो जे काफी केस मतलब सीगे मतलब जिथे असीं इहदा भी हैल्प करदे सी जे साडे कोल आउंदे सीगे जी ਇਹਨੂੰ ਕੰਟੀਨਿਊ ਕਰਾਂਗੇ ਜੀ ਇਸੇ ਗੱਲ ਨੂੰ ਕੱਲ ਨੂੰ ਇਸ ਤੋਂ ਅੱਗੇ ਕਿਉਂਕਿ ਮੈਂ ਸਰੋਤਿਆਂ ਨੂੰ ਦੱਸ ਰਿਹਾ ਕਿ ਅਸੀਂ ਕਈ ਦਿਨਾਂ ਦੇ ਵਿੱਚ ਇਹ ਕਹਾਣੀ ਪੂਰੀ ਕਰਾਂਗੇ ਬਾਈ ਜੀ ਹੋਰਾਂ ਨੇ ਜਿਵੇਂ ਜਿਵੇਂ ਉਥੇ ਮੋਰਚੇ ਚੋਂ ਨਿਕਲੇ ਕੀ ਕੁਛ ਹੋਇਆ ਉਹ ਅਸੀਂ ਯੂਟਿਊਬ ਦੇ ਉੱਤੇ ਵੀ ਕਰ ਰਹੇ ਹਾਂ ਨਾਲ ਨਾਲ ਇਧਰ ਵੀ ਉਹ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਲੰਮਾ ਕੰਸੈਪਟ ਹੈ ਡਿਟੇਲ ਦੇ ਵਿੱਚ ਕਰਾਂਗੇ ਚਲੋ ਸਾਹਿਬ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ ਤੁਹਾਡਾ ਬਹੁਤ ਧੰਨਵਾਦ ਕੱਲ ਫਿਰ ਜੁੜਦੇ ਹਾਂ ਜੀ ਮਿਹਰਬਾਨੀ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਇਹ ਸਰਦਾਰ ਕੁਲਜਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਔਰ ਅੱਜ ਸਿਰਫ ਇਹ ਦੱਸਣ ਦਾ ਯਤਨ ਸੀਗਾ ਕਿ ਕਿਵੇਂ ਕਿਵੇਂ ਮੋਰਚੇ ਵਾਲੀ ਗੱਲ ਸੀ ਕੱਲ ਨੂੰ ਆਪਾਂ ਇਸ ਤੋਂ ਅੱਗੇ ਤੁਰਾਂਗੇ ਜਦੋਂ 5-4 ਦਿਨਾਂ ਦੇ ਵਿੱਚ ਇਹ ਗੱਲ ਖਤਮ ਹੋ ਜਾਣੀ ਹੈ ਡਿਟੇਲ ਚ ਕਿ ਜਦੋਂ ਤੱਕ ਆਪਾਂ ਨੂੰ ਸਾਰੀ ਗੱਲ ਕਲੀਅਰ ਹੋਵੇਗੀ ਕੀ ਹੈ ਉਸ ਤੋਂ ਬਾਅਦ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੋਇਆ ਉਹ ਆਪਾਂ ਸਾਂਝਾ ਕਰਾਂਗੇ ਜਾਣਾਂਗੇ ਕਿ ਕੀ ਕੁਛ ਉਨ੍ਹਾਂ ਦਿਨਾਂ ਚ ਵਾਪਰਦਾ ਸੀਗਾ ਜਾਂ ਤੁਹਾਡੇ ਮਨ ਚ ਕੋਈ ਖਿਆਲ ਹੋਇਆ ਉਸ ਨੂੰ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਕੱਲ ਦੇ ਸ਼ੋਅ ਦੇ ਵਿੱਚ ਅੱਜ ਇਹ ਨਹੀਂ ਬਹੁਤ ਧੰਨਵਾਦ ਸਰ